अज का अपना टॉपिक हैगा हैल्थी सैक्सुअलिटी। ये बारे वाली गल नहीं की जाती, आप जनरली आप सोसाइटी के अपने बच्चों नाल वैसे आप गल नहीं करते ये टॉपिक, लेकिन ये टॉपिक है बहुत इंपॉर्टेंट। ये टॉपिक इस करके इंपॉर्टेंट आ कि बहुत सारिया अपने जो आप वे होंगे जिस तरह के अपने ख्यालात आ जो कुछ आप दुनिया के विचरते देखते हाँ जो कुछ भी दुनिया के काफ़ी हिस्सा इस चीज़ नाल जुड़िया होया सैक्सुअलिटी के नाल जुड़िया होया। सो मैं थोनू अज सीरीज़ ऑफ प्रेजेंटेशन के ले जाना भी ये किमें कंपलैक्स किन्ना ਇਹ ਸਾਰਿਆਂ ਨਾਲੋਂ ਡਿਫੀਕਲਟ ਸਬਜੈਕਟ ਆ। ਜਦੋਂ ਅਸੀਂ ਵੀ ਡਿਗਰੀ ਲੈਂਦੇ ਹਾਂ ਸੋਸ਼ਲ ਵਰਕ ਦੀ ਉਦੋਂ ਵੀ ਇਹਦਾ 6 ਮਹੀਨੇ ਦਾ ਕੋਰਸ ਹੁੰਦਾ ਹੈਲਥੀ ਸੈਕਸ਼ੁਐਲਿਟੀ ਦੇ ਉੱਤੇ, ਔਰ ਇਹ ਬਹੁਤ ਕੰਪਲੈਕਸ ਕਿਸਮ ਦੀ ਇਹ ਇਹਦੀਆਂ ਸਪੈਸ਼ਲਾਈਜੇਸ਼ਨਸ ਆ, ਇਹਦੀਆਂ ਬੜੀਆਂ ਡਿਫਰੈਂਟ ਸਪੈਸ਼ਲਾਈਜੇਸ਼ਨਸ ਕਰਦੇ ਆ। ਔਰ ਮਨੁੱਖ ਹੀ ਇੱਕ ਐਸਾ ਐਨੀਮਲ ਆ ਇਸ ਪਲੈਨਟ 'ਤੇ ਜਿਹਨੂੰ ਸਾਰੇ ਨਾਲੋਂ ਜ਼ਿਆਦਾ ਡਿਫੀਕਲਟੀ ਸੈਕਸ਼ੁਐਲਿਟੀ ਦੇ ਨਾਲ ਆ। ਹੋਰ ਕਿਸੇ ਜਾਨਵਰ ਨੂੰ ਕੋਈ ਡਿਫੀਕਲਟੀ ਨਹੀਂ ਗੀ ਸੈਕਸ਼ੁਐਲਿਟੀ ਦੇ ਨਾਲ, ਪਰ ਹਿਊਮਨ ਬੀਇੰਗਸ ਨੂੰ ਬਹੁਤ ਆ। ਅਤੇ ਅੱਜ ਮੈਂ ਤੁਹਾਨੂੰ ਦੱਸਦਾ ਵੀ ਕਿਸ ਤਰੀਕੇ ਨਾਲ ਉਹ ਆਪਾਂ ਨੂੰ ਸਲਟਨ ਚੀਜ਼ਾਂ ਆਉਂਦੀਆਂ, ਔਰ ਆਪਣਾ ਜਿਹੜਾ ਸੁਪਰ ਬ੍ਰੇਨ ਆ ਆਪਣੇ ਤਿੰਨ ਤਰ੍ਹਾਂ ਦੇ ਬ੍ਰੇਨ ਆ, ਇੱਕ ਪ੍ਰਿਮਿਟਿਵ ਬ੍ਰੇਨ ਆ, ਇੱਕ ਆਪਣਾ ਹਿਊਮਨ ਬ੍ਰੇਨ ਆ, ਇੱਕ ਆਪਣਾ ਸੁਪਰ ਬ੍ਰੇਨ ਆ। ਸੋ ਤਿੰਨ ਤਰ੍ਹਾਂ ਦੇ ਆਪਣੇ ਦਿਮਾਗ ਦੀਆਂ ਲੇਅਰਸ ਬਣੀਆਂ ਹੋਈਆਂ, ਔਰ ਮਿਲੀਅਨ ਸਾਲ ਤੋਂ ਇਹ ਥਰਡ ਲੇਅਰ ਡਿਵੈਲਪ ਹੋਈ ਆ ਜਿਹੜੀ ਕਿ ਬਹੁਤ ਹਾਇਰ ਆ, ਹੋਰ ਕਿਸੇ ਵੀ ਜਾਨਵਰ ਦੇ ਵਿੱਚ ਨਹੀਂ, ਸਿਰਫ ਆਪਣੇ 'ਚ ਆ, ਜਿਹਦੇ ਨਾਲ ਕਿ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਸੋਚਦੇ ਹਾਂ। ਜਾਣੀ ਰੱਬ ਕਿੱਥੇ ਆ, ਅਸੀਂ ਕਿਉਂ ਪੈਦਾ ਹੋਏ, ਜੇ ਅਸੀਂ ਨਾ ਹੁੰਦੇ ਫਿਰ ਕੀ ਹੁੰਦਾ, ਇਹੋ ਜਿਹੀਆਂ ਚੀਜ਼ਾਂ ਹੋਰ ਕੋਈ ਜਾਨਵਰ ਨਹੀਂ ਸੋਚਦਾ, ਲੇਕਿਨ ਆਪਾਂ ਸੋਚਦੇ ਹਾਂ। ਇਹ ਆਪਣਾ ਸੁਪਰ ਬ੍ਰੇਨ ਆ, ਲੇਕਿਨ ਪ੍ਰੋਬਲਮ ਇਹ ਹੈਗੀ ਆ ਕਿ ਜਿਹੜਾ ਪ੍ਰਿਮਿਟਿਵ ਬ੍ਰੇਨ ਆ ਉਹ ਹਜੇ ਵੀ ਆਪਣਾ ਡੋਮੀਨੇਟ ਕਰਦਾ। ਪ੍ਰਿਮਿਟਿਵ ਬ੍ਰੇਨ ਦੇ ਵਿੱਚ ਬੜੀਆਂ ਜਿਹੜੀਆਂ ਬੇਸਿਕ ਆਪਣੀਆਂ ਫੀਲਿੰਗਸ ਆ ਉਹ ਉਹਦੇ ਵਿੱਚ ਪਕੜੀਆਂ ਹੋਈਆਂ ਪ੍ਰਿਮਿਟਿਵ ਬ੍ਰੇਨ ਨੇ। ਆਪਣਾ ਪ੍ਰਿਮਿਟਿਵ ਬ੍ਰੇਨ ਜਾਨਵਰਾਂ ਨਾਲੋਂ ਕੋਈ ਵੱਖਰਾ ਨਹੀਂ। ਉਹ ਜਦੋਂ ਪ੍ਰਿਮਿਟਿਵ ਬ੍ਰੇਨ ਟੇਕ ਓਵਰ ਕਰ ਲੈਂਦਾ ਆਪਾਂ ਨੂੰ, ਸੋ ਆਹ ਆਪਣਾ ਪ੍ਰਿਮਿਟਿਵ ਬ੍ਰੇਨ ਆ, ਉਹਦੇ ਉੱਤੇ ਆਪਣਾ ਹਿਊਮਨ ਬ੍ਰੇਨ ਆ, ਉਹਦੇ ਉੱਤੇ ਆਪਣਾ ਸੁਪਰ ਬ੍ਰੇਨ ਆ। ਐਂ ਕਰਕੇ ਤਿੰਨ ਲੇਅਰਸ ਬਣੀਆਂ ਹੋਈਆਂ। ਆਹ ਜਿਹੜਾ ਬ੍ਰੇਨ ਆ ਇਹ ਤਾਂ ਜਾਨਵਰਾਂ 'ਚ ਵੀ ਆ, ਇਹਦੇ ਵਿੱਚ ਹੀ ਆਪਣਾ ਐਂਗਰ ਆ, ਇਹਦੇ ਵਿੱਚ ਹੀ ਵਾਇਲੈਂਸ ਆ, ਪਹਿਲੇ ਜਿਹੜੇ ਆ। ਔਰ ਇਹ ਤਾਂ ਕਰਕੇ ਸੀਗਾ ਆਹ ਪ੍ਰਿਮਿਟਿਵ ਬ੍ਰੇਨ ਕਿ ਆਪਣਾ ਸਰਵਾਈਵਲ ਨਹੀਂ ਸੀਗਾ ਇਸ ਤੋਂ ਬਿਨਾਂ, ਐਂਗਰ ਤੋਂ ਔਰ ਵਾਇਲੈਂਸ ਤੋਂ ਬਿਨਾਂ ਸਰਵਾਈਵਲ ਨਹੀਂ ਸੀ, ਆਪਾਂ ਬਚ ਨਹੀਂ ਸੀ ਸਕਦੇ। ਇਹ ਹਜੇ ਵੀ ਡੋਮੀਨੇਟ ਹੋ ਜਾਂਦਾ ਜਦੋਂ ਆਪਾਂ ਕਿਸੇ ਨੂੰ ਮਾਰ ਦਿੰਦੇ ਹਾਂ, ਉਹ ਇਸੇ ਕਰਕੇ ਮਾਰਦੇ ਹਾਂ ਕਿਉਂਕਿ ਆਪਣਾ ਪ੍ਰਿਮਿਟਿਵ ਬ੍ਰੇਨ। ਆਹ ਜਿਹੜਾ ਸੁਪਰ ਬ੍ਰੇਨ ਆ ਇਹਦੀ ਤਾਂ ਅਸੀਂ ਵਰਤੋਂ ਹੀ ਨਹੀਂ ਕਰਦੇ, ਸੁਪਰ ਬ੍ਰੇਨ ਦੀ ਤਾਂ ਵਰਤੋਂ ਨਹੀਂ ਹੁੰਦੀ, ਆਹ ਚੀਜ਼ਾਂ ਟੇਕ ਓਵਰ ਕਰ ਲੈਂਦੀਆਂ, ਆਪਾਂ ਕਤਲ ਕਰ ਦਿੰਦੇ ਹਾਂ। ਆ ਜਿਹੜਾ ਰੀਸੈਂਟਲੀ ਜਿਹੜਾ ਕਤਲ ਹੋਇਆ ਉਹ ਆਦਮੀ ਨੇ, ਉਹ ਜਨਾਨੀ ਮਾਰੀ ਆ ਬ੍ਰੈਂਪਟਨ ਦੇ ਵਿੱਚ, ਉਹ ਇਸੇ ਦਾ ਹੀ ਨਤੀਜਾ। ਔਰ ਜਦੋਂ ਆਪਾਂ ਨਸ਼ੇ ਕਰਦੇ ਹਾਂ, ਆਪਾਂ ਕੋਈ ਵੀ ਅਡਿਕਸ਼ਨ ਕਰਦੇ ਹਾਂ, ਆਪਣੇ ਜਿਹੜੀ ਆਪਣੀ ਥਾਟ ਪ੍ਰੋਸੈਸ ਆ ਉਹ ਇਹ ਆਹ ਜਿਹੜਾ ਪ੍ਰਿਮਿਟਿਵ ਬ੍ਰੇਨ ਆ ਇਹਨੂੰ ਟੱਚ ਕਰਦੀ ਆ, ਇਹਨੂੰ ਨਹੀਂ ਟੱਚ ਕਰਦੀ, ਸੁਪਰ ਬ੍ਰੇਨ ਨੂੰ ਨਹੀਂ ਟੱਚ ਕਰਦੀ, ਉਹ ਪ੍ਰਿਮਿਟਿਵ ਬ੍ਰੇਨ ਨੂੰ ਟੱਚ ਕਰਦੀ ਆ। ਸੋ ਇਹਦੇ ਵਿੱਚ ਹੀ ਹੈਪੀਨੈਸ ਹੁੰਦੀ ਆ, ਇਹਦੇ ਵਿੱਚ ਹੀ ਸੈਡਨੈਸ ਹੁੰਦੀ ਆ, ਇਹਦੇ ਵਿੱਚ ਹੀ ਐਂਗਰ ਹੁੰਦਾ, ਇੱਥੇ ਹਮਲੇ ਕਰਦੀ ਆ ਉਹ। ਔਰ ਇਸੇ ਕਰਕੇ ਹੀ ਜਦੋਂ ਨਸ਼ਾ ਕਰਦਾ ਬੰਦਾ, ਚਾਹੇ ਉਹ ਸ਼ਰਾਬ ਦਾ, ਚਾਹੇ ਉਹ ਕੋਕੇਨ ਦਾ, ਚਾਹੇ ਉਹ ਕਿਸੇ ਚੀਜ਼ ਦਾ, ਜਿਹੜਾ ਨਸ਼ਾ ਕਰਦਾ ਉਹ ਜਿਹੜਾ ਤੁਹਾਡਾ ਪ੍ਰਿਮਿਟਿਵ ਬ੍ਰੇਨ ਆ ਉਹਨੂੰ ਐਕਸਾਈਟ ਕਰਦਾ। ਐਸੇ ਕਰਕੇ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾ ਸਕਦੇ ਹੋ ਨਾ, ਕਿਉਂਕਿ ਸੁਪਰ ਬ੍ਰੇਨ ਨੂੰ ਜੇ ਕਾਸ਼ ਕੇ ਸੁਪਰ ਬ੍ਰੇਨ 'ਤੇ ਹਮਲਾ ਕਰਦਾ, ਆਪਾਂ ਜ਼ਿਆਦਾ ਵਧੀਆ ਸੋਚਣ ਲੱਗ ਜਾਂਦੇ, ਪਰ ਹੁੰਦਾ ਨਹੀਂ, ਉਹ ਕਰਦਾ ਹੀ ਪ੍ਰਿਮਿਟਿਵ ਬ੍ਰੇਨ 'ਤੇ ਹਮਲਾ। ਸੋ ਇਸ ਕਰਕੇ ਜਦੋਂ ਉਹ ਪ੍ਰਿਮਿਟਿਵ ਬ੍ਰੇਨ 'ਤੇ ਹਮਲਾ ਕਰਦਾ, ਹੁਣ ਉਹਦੇ ਨਾਲ ਬਹੁਤ ਜਿਹੜਾ ਹਿਊਮਨ ਬ੍ਰੇਨ ਕਨੈਕਟਡ ਆ, ਆਹ ਬ੍ਰੇਨ ਆ ਜਿਹੜਾ ਤੁਹਾਡਾ, ਇਹ ਤੁਹਾਨੂੰ ਆਟੋਮੈਟਿਕ ਆ, ਇਹ ਤੁਹਾਡਾ ਦਿਲ ਵੀ ਚਲਾਉਂਦਾ, ਤੁਹਾਨੂੰ ਸਾਹ ਵੀ ਦੇਈ ਜਾਂਦਾ, ਤੁਹਾਡਾ ਸਾਰਾ ਕੁਛ ਕਰੀ ਜਾਂਦਾ, ਆਹ ਵਾਲਾ ਬ੍ਰੇਨ ਹਿਊਮਨ ਬ੍ਰੇਨ ਆ ਜਿਹੜਾ, ਇਹਦਾ ਔਰ ਪ੍ਰਿਮਿਟਿਵ ਬ੍ਰੇਨ ਦਾ ਆਪਸ ਵਿੱਚ ਕਨੈਕਸ਼ਨ ਬਹੁਤ ਆ। ਜੇ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਪੀ ਲਓ ਤੁਸੀਂ ਮਰ ਜਾਂਦੇ ਹੋ, ਕਿਉਂਕਿ ਤੁਹਾਡਾ ਬ੍ਰੇਨ ਰੁਕ ਜਾਂਦਾ, ਦੈਨ ਯੂ ਡਾਈ। ਕੋਕੇਨ ਜ਼ਿਆਦਾ ਪੀ ਲਓ ਤਾਂ ਤੁਹਾਡਾ ਬ੍ਰੇਨ ਸੀਜ਼ ਹੋ ਜਾਂਦਾ, ਕਿਉਂਕਿ ਆਹ ਜਿਹੜਾ ਹਿਊਮਨ ਬ੍ਰੇਨ ਆ ਜਿਹਨੇ ਤੁਹਾਨੂੰ ਜਿਉਂਦਾ ਰੱਖਣਾ, ਉਹ ਇੰਨਾ ਜ਼ਿਆਦਾ ਸੌਂ ਜਾਂਦਾ ਕਿ ਉਹ ਦੇਰ ਇਜ਼ ਨਥਿੰਗ ਲੈਫਟ, ਰਾਈਟ। ਸੋ ਇਹਦਾ ਮਤਲਬ ਆ ਕਿ ਆਪਣਾ ਜਿਹੜਾ ਐਡਿਕਸ਼ਨ ਆ ਉਹ ਜਿਹੜੀਆਂ ਆਪਣੀਆਂ ਜਾਨਵਰ ਵਾਲਾ ਦਿਮਾਗ ਆ ਉਹਨੂੰ ਐਕਸਾਈਟ ਕਰਦਾ ਨਸ਼ਾ,
और वो आपां हार्म पहुँचाने फिर अपने आप नूं भी हार्म पहुँचाने दूजिआं नूं भी हार्म पहुँचाने क्योंकि वो दिमाग जिहड़ा अपना सोहना दिमाग आ जिहड़ा एपरीशिएट करता आर्ट पोएट्री म्यूजिक बहुत सारिया चंगिया चीज़ा देख के अपन खुशी होंगी उत्थे तक तो पहुँचता ही नहीं नशा उन्होंने तो कुछ नहीं करता हूँ जे तुम शराब पी के तुम कहो भी नियाग्रा फॉल ज़्यादा चंकी लगे नियाग्रा फॉल ने ज़्यादा चंकी नहीं लगना यह हो सकता भी डिग के सट सुट खा लो सो इस करके बहुत इंपॉर्टेंट आ कि आप देखना भी अपना जरा 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 ब्रेन आड़ा यूज़ करते हैं जो जदों मिसइनफोरमेशन होंगी है जो एक्साइटमेंट होंगी वो प्रिमिटिव ब्रेन च ज़्यादा होंगी सैक्शुअल की टॉप लैवल के ब्रेन की घट होंगी है किसी ने ओशो पढ़िया थोड़ा जि पढ़िया उदी एक बड़ी फेमस किताब हैगी संभोग से समाधि तक राइट ओह बेसिकली शॉर्ट लफ्जा के बच्चे उतों प्रिमिटिव ब्रेन तो हायर ब्रेन तक ले जान दी उन्हें सारिया अपन उन्होंने तपस्या जी तो होर मैडीटेशन तो होर वो सारा सीगा भी एस बेस चीज़ तो जिथे कि तुसी सैक्शुअलाइज्ड बहुत हो उन्हों तुसी किमें करना कि तुसी परमात्मा तक पहुँचो दैट्स ऑल जे तुसी वो बुक नू पढ़ो उस बुक दे विच उन्हें बेसिकली ये दस्या भी इत्थे आपां हर एक जनानी नू देखदे आं साडे अंदर एक्साइटमेंट हुंदी आ उस तों तुसी किमें उपर उठ के तुसी इत्थे तक पहुँचना ये रब तो एक उन्हें शब्द वरत्या लेकिन हायर फॉर्म ऑफ थिंकिंग ज़्यादा आपां नू समझ आऊगी हायर फॉर्म ऑफ थिंकिंग सो इस करके बहुत इंपॉर्टेंट आ कि आप इस टॉपिक नू थोड़ा जिहा आप अंडरस्टैंड कर लिए भी किस तरह ओके सो तीन चीज़ा अपनिया जो आप अंडरस्टैंड करना सैक्सुअलिटी एक तो हैगी सैक्सुअल ओरिएंटेशन होम आई डिजायर इतें ही पंगा पै जाता अपने ह्यूमन बीइंग्स का क्योंकि कोई गरंटी नहीं गी कि एक आदमी औरत नू चाहता ज औरत आदमी नू चाहती है एक कोई गरंटी नहीं गी आदमी आदमी नू भी चाह सकता तो औरत नू भी चाह सकती है हुण इत्थे पंगा पै जाता लड़ाइया हो जांदियां पिछले किन्ने सालों तो इत्थे ही आपां इत्थों ही नहीं गांह नू हो सकते हुण हजे तक साइंस ये नहीं डिटरमिन कर सकती भी यह क्यों हुंदा एक आदमी आदमी नू क्यों चाहता आदमी जनानी नू क्यों नहीं चाहता ये जड़ी प्रकृति दे विच ये आए क्यों हो गया वाई इज इट क्यों क्योंकि जड़ी प्रकृति दे विच कोई परफेक्शन नहीं गी एक बारी फिर जड़ी नेचर आ उहदे च परफेक्शन कुछ नहीं बच्चे अपाहज भी पैदा हो जाते हैं अपनी आईसाइट भी वीक हो सकती है अपनी सुनने की शक्ति भी अपने अंग भी नहीं चल सकते कोई बंदा बहुत ज़्यादा स्मार्ट आ कोई मंदबुद्धि वाला भी हो सकता सो प्रकृति दे विच कोई परफेक्शन नहीं कोई दरख्त सीधा जाता उस नाल दा दरख्त ऐ टेढ़ा जिहा होया पिया सो जिहड़ियां इमपरफेक्शनज आ वो है तो ह्यूमन बीइंग्स दीआं ना इमपरफेक्शनज जिहड़ियां वो भी तो ह्यूमन बीइंग्स ही आ हुण जे इमपरफेक्ट आ तां हुण असीं की करिए हुण आपां बच्चे मार दईए जिहड़े अपाहज हुंदे आ सो आपां नूं कोले कोई सल्यूशन नहीं गा हजे इस चीज़ का क्योंकि साइंस ने कंकलूसिवली नहीं दसिया कि होम आई डिजायर कोई पता नहीं आपां नूं आपां थ्यूरियां दे सकदे आ पर पीपल आर्ग्यू ओके सैकंड वाला हैगा जिहड़े सैक्सुअल बिहेवियर्स आ विद होम आई हैव सैक्स हुण इत्थे भी बड़ी वड्डी प्रॉब्लम आ किहदे नाल तुसीं सैक्स करने आ हुण कनेडा दे विच प्रॉब्लम्स आ उह पैडोफाइल्स दी इंटरनेट दीआं साइट बणियां ते उह पुलिस अफसरां दी फुल टाइम जॉब लगी आ जिहड़े 24 घंटे उह पैडोफाइल्स दीआं वैबसाइट्स ते वाच करदे रहिंदे आ क्योंकि उहनां नूं फड़ने आ उह बंदे डेंजरस आ उह कि बच्चिआं नूं तंग करदे आ उह विद होम आई हैव सैक्स आई डोंट नो क्यों हुंदा उहनां दे दिमाग दे विच वी असीं छोटे बच्चे नाल सैक्स करिए आई डोंट नो इहदा भी कोई कंकलूसिव नहीं कि वह ठीक हो सकते जिहड़ी लेटैसट रीसर्च मैं पढ़ी आ वह ठीक नहीं किए जा सकते पैडोफाइल्स पर क्यों होंदे आ वो आए वी डोंट नो थर्ड
ਵੱਡੀ ਪ੍ਰੋਬਲਮ ਹੈਗੀ ਆ ਸੈਕਸ਼ੂਅਲ ਆਈਡੈਂਟੀਟੀ ਕੀ ਆ ਕੀ ਤੁਸੀਂ ਹੋਮੋਸੈਕਸ਼ੂਅਲ ਹੋ ਹੈਟਰੋਸੈਕਸ਼ੂਅਲ ਹੋ ਬਾਈਸੈਕਸ਼ੂਅਲ ਹੋ ਕੀ ਹੋ ਤੁਸੀਂ ਵਟ ਆਰ ਯੂ ਇਹਦੇ 'ਤੇ ਵੀ ਕੋਈ ਹੈ ਨਹੀਂ ਸੋ ਪਹਿਲੀਆਂ ਪ੍ਰੋਬਲਮ ਇੱਥੋਂ ਹੀ ਨਹੀਂ ਗਾਂਹ ਤੁਰਦੇ ਆਪਾਂ ਫਿਰ ਧਰਮ ਆ ਜਾਂਦਾ ਧਰਮ ਫਿਰ ਤੁਹਾਨੂੰ ਹੋਰ ਦੁਖੀ ਕਰਦਾ ਕਿਉਂਕਿ ਉਹਦੀਆਂ ਐਕਸੈਪਟ ਸਰਟਨ ਪੋਜੀਸ਼ਨਸ ਆ ਇਹਨਾਂ ਚੀਜ਼ਾਂ 'ਤੇ ਧਰਮ ਦੀਆਂ ਉਹ ਤਾਂ ਡਿਬੇਟ ਨਹੀਂ ਨਾ ਕਰਦੇ ਡਿਬੇਟ ਤਾਂ ਆਪਾਂ ਕਰ ਸਕਦੇ ਹਾਂ ਨਾ ਐਸੇ ਨੋਰਮਲ ਹਿਊਮਨ ਬੀਂਗਸ ਬੈਠ ਕੇ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਫਿਰ ਕਿਉਂਕਿ ਅਸੀਂ ਸਰਟਨ ਚੀਜ਼ਾਂ ਆਹ ਆਪਣੀ ਨੋਰਮਲ ਰੇਂਜ ਆ ਆਹ ਜਿਹੜਾ ਵੀ ਇਹਦੇ ਤੋਂ ਬਾਹਰ ਆ ਉਹਦੇ ਵਾਸਤੇ ਕਿਉਂਕਿ ਅਸੀਂ ਅਨਕੰਫਰਟੇਬਲ ਹਾਂ ਅਸੀਂ ਅਨਕੰਫਰਟੇਬਲ ਨਹੀਂ ਗੇ ਇਸ ਬਾਕਸ 'ਚੋਂ ਬਾਹਰ ਨਿਕਲਣ ਦੇ ਅਸੀਂ ਹੁਣ ਗੰਦੇ ਗੰਦੇ ਨਾਂ ਦਿੱਤੇ ਹੋਏ ਆ ਕਿਉਂਕਿ ਅਸੀਂ ਅਨਕੰਫਰਟੇਬਲ ਹਾਂ ਨਾ ਅਸੀਂ ਹੁਣ ਆਹ ਚੀਜ਼ਾਂ ਨੂੰ ਟੋਲਰੇਟ ਨਹੀਂ ਕਰਦੇ ਅਸੀਂ ਹੁਣ ਉਸ ਨੂੰ ਸਾਨੂੰ ਸੁਸਾਇਟੀ ਨੂੰ ਪਤਾ ਨਹੀਂ ਅਸੀਂ ਕੀ ਕਰਨਾ ਵੀ ਡੋਂਟ ਨੋ ਵਟ ਟੂ ਡੂ ਸਾਡੀ ਜਿਹੜੀ ਮੋਰੈਲਿਟੀ ਆ ਜਿਵੇਂ ਅਸੀਂ ਫੰਕਸ਼ਨ ਕਰਨਾ ਸੁਸਾਇਟੀ 'ਚ ਉਹ ਇਸ ਬਾਕਸ ਦੀ ਆ ਹੁਣ ਜਦੋਂ ਇਸ ਬਾਕਸ ਨੂੰ ਪੁਸ਼ ਕਰਦੇ ਹਾਂ ਆਪਾਂ ਵੱਡਾ ਕਰਨ ਨੂੰ ਜੇ ਹੁਣ ਆਪਾਂ ਕਹੀਏ ਵੀ ਨਹੀਂ ਤੁਸੀਂ ਗੇਜ਼ ਐਂਡ ਲੈਸਬੀਅਨਸ ਨੂੰ ਰਾਈਟਸ ਦਿਓ ਗੇਜ਼ ਐਂਡ ਲੈਸਬੀਅਨਸ ਵਿਆਹ ਕਰਾ ਸਕਦੇ ਆ ਹੁਣ ਅਸੀਂ ਬਾਕਸ ਨੂੰ ਵੱਡਾ ਕਰ ਰਹੇ ਹਾਂ ਨਾ ਹੁਣ ਅਪਹੀਵਲ ਹੋਊਗੀ ਸੁਸਾਇਟੀ ਦੇ ਵਿੱਚ ਲੋਕ ਤੜਫਣਗੇ ਲੋਕ ਸ਼ੋਰ ਸ਼ਰਾਬਾ ਕਰਨਗੇ ਲੋਕ ਕਈ ਕਈ ਲੋਕ ਤਾਂ ਵਾਇਲੈਂਟ ਹੋ ਜਾਂਦੇ ਮਾਰ ਦਿੰਦੇ ਆ ਕਿਉਂਕਿ ਦੇ ਡੋਂਟ ਐਕਸੈਪਟ ਉਹ ਕਹਿੰਦੇ ਆਹੀ ਬਾਕਸ ਆ ਇਹ ਇਸੇ ਤਰ੍ਹਾਂ ਹੀ ਸਦੀਆਂ ਤੋਂ ਚੱਲੇ ਆ ਰਿਹਾ ਇਹਨੂੰ ਬਿਲਕੁਲ ਤੁਸੀਂ ਤਬਦੀਲ ਨਹੀਂ ਕਰ ਸਕਦੇ ਜਦੋਂ ਕਿ ਕੈਨੇਡਾ ਦੇ ਵਿੱਚ ਦੇਰ ਇਜ਼ ਸੱਚ ਏ ਥਿੰਗ ਐਜ਼ ਏ ਹਿਊਮਨ ਰਾਈਟਸ ਲੈਜਿਸਲੇਸ਼ਨ ਤੁਸੀਂ ਕਿਸੇ ਦੇ ਖਿਲਾਫ ਤੁਸੀਂ ਡਿਸਕ੍ਰੀਮੀਨੇਟ ਨਹੀਂ ਕਰ ਸਕਦੇ ਔਨ ਦਾ ਬੇਸਿਸ ਆਫ ਏਜ ਸੈਕਸ ਰਿਲੀਜਨ ਰੇਸ ਕ੍ਰੀਡ ਇਹੋ ਜਿਹੇ ਕਿਸੇ ਚੀਜ਼ 'ਤੇ ਤੁਸੀਂ ਡਿਸਕ੍ਰੀਮੀਨੇਸ਼ਨ ਨਹੀਂ ਕਰ ਸਕਦੇ ਕੈਨੇਡਾ 'ਚ ਐਂਡ ਯੈਟ ਆਪਾਂ ਐਜ਼ ਏ ਕਮਿਊਨਿਟੀ ਜੇ ਆਪਾਂ ਪਿਓਰਲੀ ਪੰਜਾਬੀ ਜਾਂ ਸਾਊਥ ਏਸ਼ੀਅਨ ਕਮਿਊਨਿਟੀ ਲਾਈਏ ਅਸੀਂ ਤਾਂ ਬਹੁਤ ਬੁਰਾ ਸਮਝਦੇ ਹਾਂ ਗੇਜ਼ ਐਂਡ ਲੈਸਬੀਅਨਸ ਨੂੰ ਅਸੀਂ ਤਾਂ ਟੋਲਰੇਟ ਹੀ ਨਹੀਂ ਕਰਨਾ ਵੀ ਡੋਂਟ ਟੋਲਰੇਟ ਰਾਈਟ ਸੋ ਦਿਸ ਇਜ਼ ਆਵਰ ਫੰਡਾਮੈਂਟਲ ਡਿਫੀਕਲਟੀਜ਼ ਵੀ ਹੈਵ ਰਾਈਟ ਸੋ ਜਿਹੜੀਆਂ ਆਹ ਸੈਕਸ਼ੂਅਲ ਪ੍ਰੋਬਲਮਸ ਕਿਹੜੀਆਂ ਕਿਹੜੀਆਂ ਕੈਟੇਗਰੀ 'ਚ ਆਉਂਦੀਆਂ ਇਹ ਆਪਾਂ ਨੂੰ ਕਲੀਅਰ ਹੋ ਜਾਣਾ ਚਾਹੀਦਾ ਕਿਉਂਕਿ ਇਹ ਮੈਰਿਜ ਦੀ ਮੈਰਿਜ 'ਚ ਵੀ ਇਹ ਪ੍ਰੋਬਲਮਸ ਦਿੰਦੀਆਂ ਇਹ ਆਪਾਂ ਨੂੰ ਵਰਾਇਟੀ ਆਫ ਡਿਫਰੈਂਟ ਪ੍ਰੋਬਲਮਸ ਆਉਂਦੀਆਂ ਕਿਉਂਕਿ ਆਪਣਾ ਦਿਮਾਗ ਪ੍ਰੀ ਆਕੂਪਾਈ ਕਰ ਲੈਂਦੀ ਹੈ ਜਦੋਂ ਇੱਕ ਵੀ ਪ੍ਰੋਬਲਮ ਆ ਗਈ ਆਪਾਂ ਨੂੰ ਆਪਣਾ ਦਿਮਾਗ ਨੇ ਸੁੰਨ ਹੋ ਜਾਣਾ ਆਪਣੇ ਦਿਮਾਗ ਨੇ ਵਰੀ ਹੋ ਜਾਣਾ ਆਪਣੀ ਜਿਹੜੀ ਸਾਰੀ ਆਈਡੈਂਟੀ ਆ ਉਹ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਆ ਆਪਾਂ ਨੂੰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਅਰੇ ਆਪਾਂ ਬਹੁਤ ਜਾਣੀ ਤੜਫਦੇ ਹਾਂ ਪਹਿਲਾ ਹੈਗਾ ਡਿਜ਼ਾਇਰ ਡਿਸਆਰਡਰਸ ਡਿਜ਼ਾਇਰ ਡਿਸਆਰਡਰ ਹੁੰਦੇ ਆ ਵੀ ਲੋ ਡਿਜ਼ਾਇਰ ਆ ਨੋ ਡਿਜ਼ਾਇਰ ਇਨ ਸੈਕਸ ਤੁਹਾਡਾ ਸੈਕਸ ਕਰਨ ਨੂੰ ਜੀ ਨਹੀਂ ਕਰਦਾ ਇਹ ਪਹਿਲਾ ਡਿਸਆਰਡਰ ਆ ਹੁਣ ਜੇ ਤੁਹਾਡਾ ਮਤਲਬ ਕਿ ਸੈਕਸ ਕਰਨ ਨੂੰ ਜੀ ਨਾ ਕਰੇ ਅਤੇ ਵਾਈਫ ਦਾ ਸੈਕਸ ਕਰਨ ਨੂੰ ਜੀ ਕਰੇ ਫਿਰ ਕੀ ਕਰਾਂਗੇ ਲੜਾਈ ਹੋਊਗੀ ਉਹ ਉਹਦੇ ਮਨ 'ਚ ਕੀ ਖਿਆਲ ਉੱਠਣਗੇ ਵੀ ਇਹ ਕਿਤੇ ਬਾਹਰ ਜਾਂਦਾ ਵੀ ਮੈਨੂੰ ਲਾਈਕ ਨਹੀਂ ਕਰਦਾ ਕਿਉਂਕਿ ਉਹਨੂੰ ਵੀ ਇਨਸਿਕਿਉਰਿਟੀ ਹੋ ਰਹੀ ਆ ਵੀ ਮੈਂ ਤੇਰੀ ਵਾਈਫ ਹਾਂ ਬਈ ਤੂੰ ਮੇਰੇ ਨਾਲ ਪਿਆਰ ਕਿਉਂ ਨਹੀਂ ਕਰਦਾ ਵੀ ਕੋਈ ਹੋਰ ਰੱਖੀ ਹੋਈ ਆ ਇਮੀਡੀਏਟਲੀ ਪਹਿਲਾ ਕੁਸ਼ਚਨ ਇਹੀ ਆ ਜਾਣਾ ਵੀ ਤੂੰ ਕਿਤੇ ਹੋਰ ਤੁਹਾਨੂੰ ਵੀ ਗੁੱਸਾ ਆ ਜਾਣਾ ਵੀ ਤੂੰ ਮੈਨੂੰ ਨਹੀਂ ਜੀ ਕਰਦਾ ਤਾਂ ਤੂੰ ਮੈਨੂੰ ਇੱਥੇ ਤੱਕ ਕਿਵੇਂ ਪਹੁੰਚ ਗਈ ਆ ਵੀ ਮੈਂ ਕਿਤੇ ਹੋਰ ਰੱਖੀ ਆ ਬਾਹਰ ਹੁਣ ਲੜਾਈ ਹੋ ਜੂ ਫਰਜ ਜਿੱਥੇ ਨਹੀਂ ਹੋਣੀ ਉੱਥੇ ਹੋਊਗੀ ਔਰ ਬਹੁਤ ਸਾਰੀਆਂ ਜਦੋਂ ਅਸੀਂ ਮੈਰਿਜ ਕਾਉਂਸਲਿੰਗ ਕਰਦੇ ਹਾਂ ਵੀ ਹੈਵ ਟੂ ਹੈਵ ਸਮ ਬਿਗਰ ਟੋਪਿਕ ਆਫ ਡਿਸਕਸ਼ਨ ਅਰਾਊਂਡ ਸੈਕਸ਼ੂਅਲ ਡਿਸਫੰਕਸ਼ਨਸ ਇਹ ਜ਼ਰੂਰੀ ਨਹੀਂ ਆਦਮੀ 'ਚ ਹੀ ਹੋਣ ਇਹ ਤੁਸੀਂ ਦੇਖੋਗੇ ਇੱਥੇ ਆਦਮੀ ਔਰਤ ਦਾ ਕੋਈ ਨਹੀਂ ਕੀਤਾ ਆਪਾਂ ਪਰ ਕਿਉਂਕਿ ਆਪਾਂ ਸਾਰੇ ਆਦਮੀ ਬੈਠੇ ਹਾਂ ਆਪਾਂ ਖੁੱਲ੍ਹ ਕੇ ਆਦਮੀਆਂ ਦੇ ਬਾਰੇ ਜ਼ਿਆਦਾ ਡਿਸਕਸ ਕਰਦੇ ਹਾਂ ਇਹ ਜਨਾਨੀ 'ਚ ਵੀ ਹੋ ਸਕਦਾ ਸ਼ੀ ਕੈਨ ਆਲਸੋ ਗੋ ਥਰੂ ਦਿਸ ਇਹ ਨਹੀਂ ਗਾ ਵੀ ਮਤਲਬ ਕਿ ਆਦਮੀਆਂ ਦਾ ਹੀ ਆ ਇਹ ਸਾਰਾ ਕੁਛ ਪਰ ਕਿਉਂਕਿ ਆਪਾਂ ਆਦਮੀਆਂ ਦੇ ਨਾਲ ਗੱਲ ਕਰ ਰਹੇ ਹਾਂ ਇਸ ਕਰਕੇ ਪ੍ਰੈਡੋਮੀਨੈਂਟਲੀ ਆਦਮੀਆਂ ਦੇ ਰਿਲੇਟਡ ਇਹ ਪ੍ਰੈਜੈਂਟੇਸ਼ਨ ਆ ਸੋ ਇੱਕ ਹੈਗੇ ਆ ਡਿਜ਼ਾਇਰ ਡਿਸਆਰਡਰਸ ਸੈਕੰਡ ਹੈਗੇ ਆ ਅਰਾਊਜ਼ਲ ਡਿਸਆਰਡਰਸ ਤੁਹਾਡਾ ਜੀ ਕਰਦਾ ਪਰ ਤੁਸੀਂ ਕਰ ਨਹੀਂ ਸਕਦੇ ਉਹਦੇ 'ਚ ਹੈਗੀਆਂ ਅਰਾਊਜ਼ਲ ਡਿਸਆਰਡਰ 'ਚ ਹੈਗੇ ਆ ਇਰੈਕਟਾਈਲ ਡਿਸਫੰਕਸ਼ਨਸ ਇਨ ਮੈਨ ਐਂਡ ਡਿਫੀਕਲਟੀ ਇਨ ਬੀਂਗ ਅਰਾਊਜ਼ਡ ਇਨ ਵਿਮੈਨ ਯਾਨੀ ਕਰਨ ਦੀ ਪਰਫੋਰਮੈਂਸ ਦੀ ਘਾਟ ਕਰ ਨਹੀਂ ਸਕਦੇ ਕੋਈ ਵੀ ਰੀਜ਼ਨ ਹੋ ਸਕਦਾ ਸਟ੍ਰੈਸ ਹੋ ਸਕਦਾ ਦਵਾਈਆਂ ਹੋ ਸਕਦੀਆਂ ਡਾਇਬੀਟਿਸ ਦੀਆਂ ਹੋ ਸਕਦੀਆਂ ਬਲੱਡ ਪ੍ਰੈਸ਼ਰ ਦੀਆਂ ਹੋ ਸਕਦੀਆਂ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਦੀਆਂ ਦਵਾਈਆਂ ਦੇ ਨਾਲ ਤੁਹਾਡਾ ਪਰਫੋਰਮੈਂਸ 'ਤੇ ਫਰਕ ਪੈ ਸਕਦਾ ਸੋ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਆਹ ਅਰਾਊਜ਼ਲ ਡਿਸਆਰਡਰਸ ਪੈਦਾ ਕਰਦੀਆਂ ਜੇ ਤੁਹਾਨੂੰ ਬਹੁਤ ਜ਼ਿਆਦਾ ਸਟ੍ਰੈਸ ਹੋਵੇ ਤੁਹਾਡਾ ਜੀ ਨਹੀਂ ਕਰਦਾ ਕੁਛ ਕਰਨ ਨੂੰ ਜੋ ਮਰਜ਼ੀ ਕਰੀ ਜਾਵੇ ਅਗਲਾ ਤੋ ਤੁਹਾਨੂੰ ਉਸ ਮੂਡ 'ਚ ਆਉਣਾ ਪੈਂਦਾ ਸੈਕਸ ਕਰਨ ਵਾਸਤੇ ਵੀ
ਤੇ ਜੇ ਤੁਹਾਡਾ ਮਤਲਬ ਕਿ ਉਧਰੋਂ ਟਰੱਕ ਉਲਟਿਆ ਹੋਵੇ ਤੁਹਾਨੂੰ ਫਿਕਰ ਹੋਵੇ ਵੀ ਮੈਂ ਕਮਾ ਕੇ ਕੀ ਲਿਆਉਣਾ ਤੇ ਤੁਹਾਨੂੰ ਜੋ ਮਰਜ਼ੀ ਤੁਹਾਨੂੰ ਕੋਸ਼ਿਸ਼ ਕਰੀ ਜਾਵੇ ਅਗਲਾ ਤੁਹਾਨੂੰ ਅਰਾਊਜ਼ ਕਰਨ ਦੀ ਇਟਸ ਨਾਟ ਗੋਨਾ ਵਰਕ ਕਿਉਂਕਿ ਤੁਹਾਡੇ ਦਿਮਾਗ ਦਾ ਬਾਹਲਾ ਹਿੱਸਾ ਉਧਰਲੇ ਪਾਸੇ ਚਿੰਬੜਿਆ ਹੋਇਆ ਵੀ ਮੈਂ ਕਰੂੰਗਾ ਕੀ ਮੈਂ ਬੱਚਿਆਂ ਨੂੰ ਰੋਟੀ ਕਿਵੇਂ ਦਊਂਗਾ ਯਾਰ ਮੈਨੂੰ ਪੁਲਿਸ ਹੀ ਨਾ ਫੜ ਲੈ ਪਤਾ ਨਹੀਂ ਮੇਰੇ 'ਤੇ ਚਾਰਜ ਨਾ ਲੱਗ ਜਾਣ ਮੈਨੂੰ ਤਾਂ ਆ ਨਾ ਹੋਵੇ ਤੁਹਾਡਾ ਦਿਮਾਗ ਉਧਰਲੇ ਪਾਸੇ ਜ਼ਿਆਦਾ ਹੋਊਗਾ ਅਤੇ ਤੁਹਾਨੂੰ ਜਿੰਨਾ ਮਰਜ਼ੀ ਕੋਈ ਹੱਥ ਲਾਈ ਜਾਵੇ ਤੁਹਾਨੂੰ ਕੱਖ ਨਹੀਂ ਬਣਨਾ ਇਹਦਾ ਮਤਲਬ ਕੁਝ ਸਰਟਨ ਚੀਜ਼ਾਂ ਚਾਹੀਦੀਆਂ ਫਿਰ ਕੁਛ ਦਵਾਈਆਂ ਵੀ ਖਰਾਬ ਆਉਂਦੀਆਂ ਤੀਜਾ ਹੈਗਾ ਔਰਗੈਸਮਿਕ ਡਿਸਆਰਡਰਸ ਇਹ ਹੈਗੇ ਆ ਵੀ ਤੁਸੀਂ ਕੁਛ ਕਰਨਾ ਚਾਹੁੰਦੇ ਹੋ ਪਰ ਹੁੰਦਾ ਕੁਛ ਨਹੀਂ ਨਾ ਤਾਂ ਤੁਸੀਂ ਉਸ ਡਿਊਰੇਸ਼ਨ ਤੱਕ ਤੁਸੀਂ ਸੈਕਸ ਕਰ ਸਕਦੇ ਹੋ ਜਿਹੜੀ ਡਿਊਰੇਸ਼ਨ ਤੱਕ ਤੁਹਾਨੂੰ ਕਰਨੀ ਚਾਹੀਦੀ ਆ ਸੋ ਨਾ ਜਨਾਨੀਆਂ ਤੋਂ ਹੁੰਦਾ ਨਾ ਤੁਹਾਡੇ ਤੋਂ ਕੁਛ ਹੁੰਦਾ ਨਾ ਜਨਾਨੀਆਂ ਤੋਂ ਕੁਛ ਹੁੰਦਾ ਸੋ ਇਹਦਾ ਮਤਲਬ ਇੱਕ ਆਪਾਂ ਨੂੰ ਇੱਕ ਮਾਹੌਲ ਚਾਹੀਦਾ ਇੱਕ ਕਲੋਜ਼ਨੈਸ ਚਾਹੀਦੀ ਆ ਉਹਦੇ 'ਤੇ ਵੀ ਸਲਾਈਡਾਂ ਹੈਗੀਆਂ ਵੀ ਕਲੋਜ਼ਨੈਸ ਕਿਵੇਂ ਕਰਨੀ ਆ ਤਾਂ ਕਿ ਆਪਾਂ ਸੈਕਸ ਨੂੰ ਪੂਰੀ ਤਰ੍ਹਾਂ ਇੰਜੋਏ ਕਰ ਸਕੀਏ ਸੋ ਜੇ ਆਪਾਂ ਜਿਵੇਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਪਹਿਲਾਂ ਹੀ ਹੋ ਗਿਆ ਜਾਂ ਜਲਦੀ ਹੋ ਜਾਣਾ ਉਹ ਜਿਹੜੀਆਂ ਪ੍ਰੋਬਲਮਸ ਹੈਗੀਆਂ ਇਹਦਾ ਮਤਲਬ ਕੁਦਰਤ ਨੇ ਕੀ ਬਣਾਇਆ ਕੁਦਰਤ ਕਹਿੰਦਾ ਵੀ ਜਦੋਂ ਆਦਮੀ ਅਤੇ ਔਰਤ ਪਿਆਰ ਕਰਦੇ ਆ ਉਹਨਾਂ ਦਾ ਇੱਕ ਲਿਮਿਟ ਤੱਕ ਪਿਆਰ ਕਰਨ ਦੀ ਉਹ ਜਿਹੜੀ ਡਿਊਰੇਸ਼ਨ ਆ ਉਹ ਇੱਕ ਲਿਮਿਟ ਤੱਕ ਹੋਣੀ ਚਾਹੀਦੀ ਆ ਤਾਂ ਕਿ ਉਹ ਜਨਾਨੀ ਜਦੋਂ ਸੈਕਸ ਕਰਦੇ ਹੋ ਉਹ ਪ੍ਰੈਗਨੈਂਟ ਹੋ ਸਕੇ ਰਾਈਟ ਸੋ ਨੇਚਰ ਨੇ ਕੁਛ ਇਸ ਤਰੀਕੇ ਦਾ ਇੱਕ ਸਿਸਟਮ ਬਣਾਇਆ ਜੇ ਤੁਸੀਂ ਪਹਿਲਾਂ ਹੀ ਹੋ ਜਾਂਦੇ ਹੋ ਤਾਂ ਜਿਹੜਾ ਤੁਹਾਡਾ ਸਪਰਮਸ ਆ ਉਹ ਟਰੈਵਲ ਨਹੀਂ ਕਰਦੇ ਉਹਦੇ ਤੱਕ ਐਗ ਤੱਕ ਰਾਈਟ ਅਤੇ ਫਾਈਨਲ ਹੈਗਾ ਸੈਕਸ਼ੂਅਲ ਪੇਨ ਡਿਸਆਰਡਰ ਇਹ ਜ਼ਿਆਦਾ ਜਨਾਨੀਆਂ ਕਰਦੀਆਂ ਪਰ ਆਦਮੀ ਵੀ ਪੇਨ ਮਹਿਸੂਸ ਕਰ ਸਕਦਾ ਸੈਕਸ ਦੇ ਦੌਰਾਨ ਡਿਪੈਂਡਿੰਗ ਕਿ ਉਹਦੀ ਮਾਨਸਿਕਤਾ ਕਿਹੋ ਜਿਹੀ ਆ ਉਹਨੂੰ ਕੀ ਦੱਸਿਆ ਹੋਇਆ ਜੇ ਉਹਦੇ ਮਾਪਿਆਂ ਨੇ ਉਹਨੂੰ ਸੈਕਸ ਤੋਂ ਡਰਾਇਆ ਹੋਇਆ ਫਿਰ ਆਦਮੀ ਨੂੰ ਵੀ ਪੇਨ ਹੁੰਦਾ ਆਮ ਤੌਰ 'ਤੇ ਜਨਾਨੀਆਂ ਨੂੰ ਜ਼ਿਆਦਾ ਪੇਨ ਹੁੰਦਾ ਜਿਨ੍ਹਾਂ ਜਨਾਨੀਆਂ ਨੂੰ ਡਰਾ ਕੇ ਰੱਖਿਆ ਜਾਂਦਾ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਵੀ ਇਹ ਕੀ ਚੀਜ਼ ਆ ਉਹਨਾਂ ਨੂੰ ਜ਼ਿਆਦਾ ਪੇਨ ਮਹਿਸੂਸ ਹੁੰਦਾ ਕਿਉਂਕਿ ਉਹ ਡਰੀਆਂ ਹੁੰਦੀਆਂ ਐਂ ਕਰਕੇ ਸੋ ਆ ਚਾਰ ਕਿਸਮ ਦੇ ਪ੍ਰੋਬਲਮਸ ਨਾਲ ਆਪਾਂ ਡੀਲ ਕਰਦੇ ਹਾਂ ਔਰ ਇਹ ਸਾਰੀਆਂ ਵਿਆਹ ਟੁੱਟਣ ਦਾ ਕਾਰਨ ਬਣ ਸਕਦੀਆਂ ਇਨ ਵਨ ਵੇ ਸ਼ੇਪ ਐਂਡ ਫੋਰਮ ਹੁਣ ਆਪਾਂ ਕਿਸੇ ਨਾਲ ਅਟਰੈਕਟ ਕਿਵੇਂ ਹੁੰਦੇ ਹਾਂ ਸੈਕਸ਼ੂਅਲ ਅਟਰੈਕਸ਼ਨ ਕੀ ਚੀਜ਼ ਆ ਕਿਵੇਂ ਅਟਰੈਕਟ ਹੁੰਦੇ ਹਾਂ ਆਪਾਂ ਸੋ ਪਹਿਲਾ ਹੈਗਾ ਸੈਕਸ਼ੂਅਲ ਅਟਰੈਕਸ਼ਨ ਇਜ਼ ਐਨ ਇੰਪੋਰਟੈਂਟ ਐਸਪੈਕਟ ਆਫ ਸੈਕਸੁਐਲਿਟੀ ਆਫ ਅ ਪਰਸਨ ਬੀਂਗ ਅਬਜ਼ਰਵਡ ਐਜ ਵੈਲ ਐਜ਼ ਦਾ ਪਰਸਨ ਅਬਜ਼ਰਵਿੰਗ ਸੋ ਦੋਨੋਂ ਇੱਕ ਦੂਸਰੇ ਨੂੰ ਅਟਰੈਕਟ ਹੁੰਦੇ ਆ ਸੈਕੰਡ ਹੈਗਾ ਈਚ ਪਰਸਨ ਡਿਟਰਮਨਸ ਦ ਕੁਆਲਿਟੀਜ਼ ਦੈਟ ਦੇ ਫਾਈਂਡ ਅਟਰੈਕਟਿਵ ਹਰ ਇੱਕ ਬੰਦੇ ਦੀਆਂ ਉਹ ਕੁਆਲਿਟੀਜ਼ ਡਿਫਰੈਂਟ ਆ ਕੋਈ ਆਦਮੀ ਪਤਲੀ ਜਨਾਨੀ ਲਾਈਕ ਕਰ ਸਕਦਾ ਕੋਈ ਆਦਮੀ ਕਹਿੰਦਾ ਵੀ ਯਾਰ ਇਹਦੇ ਤਾਂ ਕੁਛ ਮਾਸ ਹੀ ਹੈ ਨਹੀਂ ਗਾ ਕੀ ਇਹ ਜਨਾਨੀ ਆ ਇਹ ਕਈਆਂ ਨੂੰ ਥੋੜ੍ਹੀ ਜਿਹੀ ਚੱਬੀ ਜਨਾਨੀ ਲਾਈਕ ਕਰਦੇ ਆ ਹਰ ਇੱਕ ਬੰਦੇ ਦੀ ਜਿਹੜੀ ਅਟਰੈਕਸ਼ਨ ਆ ਉਹ ਡਿਫਰੈਂਟ ਆ ਡਿਪੈਂਡਿੰਗ ਔਨ ਉਹਨੂੰ ਕਿਵੇਂ ਵੱਡਾ ਕੀਤਾ ਗਿਆ ਉਸ ਬੰਦੇ ਨੂੰ ਹਰ ਇੱਕ ਬੰਦੇ ਦਾ ਡਿਫਰੈਂਟ ਆ ਕੋਈ ਕਾਲਾ ਕਲਰ ਲਾਈਕ ਕਰਦਾ ਕੋਈ ਫੇਅਰ ਕਲਰ ਲਾਈਕ ਕਰਦਾ ਕੋਈ ਟੌਲ ਲਾਈਕ ਕਰਦਾ ਕੋਈ ਸ਼ੋਰਟ ਲਾਈਕ ਕਰਦਾ ਰਾਈਟ ਕੋਈ ਕੋਈ ਬੋਲਣਾ ਲਾਈਕ ਕਰਦਾ ਕੋਈ ਕੁਛ ਲਾਈਕ ਕਰਦਾ ਹਰ ਇੱਕ ਬੰਦੇ ਦੀ ਇਹ ਅਟਰੈਕਸ਼ਨ ਡਿਫਰੈਂਟ ਆ ਐਵਰੀਬਾਡੀ ਹੈਜ਼ ਅ ਡਿਫਰੈਂਟ ਅਟਰੈਕਸ਼ਨ ਈਚ ਪਰਸਨ ਡਿਟਰਮਨ ਦ ਕੁਆਲਿਟੀਜ਼ ਦੇ ਫਾਈਂਡ ਅਟਰੈਕਟਿਵ ਵਿਚ ਵੈਰੀ ਫਰੋਮ ਪਰਸਨ ਟੂ ਪਰਸਨ ਏ ਪਰਸਨ ਸੈਕਸ਼ੂਅਲ ਓਰੀਐਂਟੇਸ਼ਨ ਹੈਜ਼ ਅ ਸਿਗਨੀਫਿਕੈਂਟ ਇਨਫਲੂਐਂਸ ਔਨ ਵਿਚ ਕੁਆਲਿਟੀਜ਼ ਦੇ ਫਾਈਂਡ ਅਟਰੈਕਸ਼ਨ ਅਟਰੈਕਟਿਵ ਕਿਸ ਤਰ੍ਹਾਂ ਦਾ ਉਹ ਕਿਵੇਂ ਆ ਉਹਨਾਂ ਦੀ ਸੋਚ ਕੀ ਆ ਸੋ ਸੈਕਸ਼ੂਅਲ ਅਟਰੈਕਸ਼ਨ ਕਿਵੇਂ ਸੀਗੀ ਹੂਮ ਆਈ ਡਿਜ਼ਾਇਰ ਵਿਦ ਹੂਮ ਆਈ ਹੈਵ ਸੈਕਸ ਅਤੇ ਸੈਕਸ਼ੂਅਲ ਆਈਡੈਂਟੀ ਕੀ ਸੀ ਇਹਨਾਂ ਤੋਂ ਤੁਸੀਂ ਫਰਦਰ ਤੁਸੀਂ ਅਟਰੈਕਟ ਹੋਵੋਗੇ ਕਿਹਦੇ ਨਾਲ ਤੁਸੀਂ ਅਟਰੈਕਟ ਹੋਣਾ ਸੋ ਜਦੋਂ ਆਪਣੇ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਜਿਹੜੀ ਕੁੜੀ ਮਾਂ ਪਿਓ ਨੂੰ ਪਸੰਦ ਆ ਉਹ ਕੋਈ ਜ਼ਰੂਰੀ ਨਹੀਂ ਵੀ ਮੁੰਡੇ ਨੂੰ ਪਸੰਦ ਹੋਵੇ ਉਹ ਕੁੜੀ ਕਿਉਂਕਿ ਉਹਨਾਂ ਦਾ ਦਿਮਾਗ ਕਿਸੇ ਹੋਰ ਪਾਸਿਓਂ ਦੇਖਦਾ ਕੁੜੀ ਨੂੰ ਵੀ ਇਹ ਘਰੇਲੂ ਆ ਇਹ ਘਰ ਸਾਂਭ ਲੂ ਰੋਟੀ ਵਧੀਆ ਪਕਾ ਲੂ ਉਹ ਦੇਖ ਕਿਸੇ ਹੋਰ ਪਾਸਿਓਂ ਦੇਖਦਾ ਮੁੰਡਾ ਮੁੰਡੇ ਦੀ ਨਿਗਾਹ ਉਸ ਕੁੜੀ ਦੇ ਪ੍ਰਤੀ ਹੋਰ ਪਾਸਿਓਂ ਦੇਖ ਰਿਹਾ ਉਹਨੂੰ ਜੱਜਮੈਂਟ ਲਾ ਰਿਹਾ ਉਹ ਜਿਹੜੇ ਮਾਂ ਪਿਓ ਆ ਉਹ ਕੁੜੀ ਨੂੰ ਕਿਸੇ ਹੋਰ ਪਾਸਿਓਂ ਦੇਖ ਰਹੇ ਆ ਇਸ ਕਰਕੇ
गल नहीं बनती। सो तुसी बहुत सारी जिहड़ी अपनी एंगर आ ਉਹ ਇਸ ਕਰਕੇ ਵੀ ਆ ਕਿ ਜਿਹੜਾ ਜਦੋਂ ਮੁੰਡਾ ਬੋਲ ਨਹੀਂ ਸਕਦਾ ਆਪਣੇ ਮਾਂ ਪਿਓ 'ਤੇ ਔਰ ਮਾਂ ਪਿਓ ਪੁੱਛਦੇ ਆ ਵੀ ਤੂੰ ਦੱਸ ਇਹ ਕੁੜੀ 'ਚ ਕਮੀ ਕੀ ਆ, ਆਪਣੇ ਤਾਂ ਇਹੀ ਮਾਪਿਆਂ ਨੇ ਪੁੱਛਣਾ ਵੀ ਤੂੰ ਨਾ ਕਿਉਂ ਕੀਤੀ, ਉਹ ਕਿਵੇਂ ਦੱਸੂਗਾ ਵੀ ਮੈਨੂੰ ਤਾਂ ਇਹਦੇ ਨਾਲ ਕੋਈ ਮੈਨੂੰ ਦੇਖ ਕੇ ਤਾਂ ਕੁਛ ਹੁੰਦਾ ਹੀ ਨਹੀਂ, ਉਹ ਕੀ ਕਹੂਗਾ? ਉਹ ਕਹਿੰਦਾ ਦਿਮਾਗ ਖਰਾਬ ਆ ਵੀ ਤੂੰ ਵਿਆਹ ਕਰਾਏਂਗਾ ਆਪੇ ਹੋਣ ਲੱਗ ਜੂ, ਉਹਨੂੰ ਹੁਣ ਕਿਵੇਂ ਦੱਸੀਏ ਵੀ ਨਹੀਂ ਹੋਣਾ? ਉਹ ਮੰਨਦੇ ਨਹੀਂ, ਉਹ ਕਹਿੰਦੇ ਲੈ ਹਾਂ ਪਾਗਲ ਜਿਹਾ ਇਹਨੂੰ ਪਤਾ ਨਹੀਂ ਆ, ਕਿਉਂਕਿ ਉਹਨਾਂ ਨੇ ਕਿਹੜਾ ਆਹ ਸੈਕਸ਼ੁਐਲਿਟੀ 'ਤੇ ਕੋਈ ਪ੍ਰੈਜੈਂਟੇਸ਼ਨਾਂ ਸੁਣੀਆਂ, ਉਹ ਤਾਂ ਦੇਖਦੇ ਆ ਵੀ ਸੋਹਣੀ ਆ, ਚੰਗਾ ਖਾਨਦਾਨ ਦੀ ਆ, ਪੜ੍ਹੀ ਲਿਖੀ ਆ, ਸਾਡੇ ਘਰ 'ਚ ਫਿੱਟ ਹੋ ਜੂ, ਉਹਨਾਂ ਨੇ ਤਾਂ ਇਹੋ ਜਿਹੇ ਟੋਪਿਕਸ ਦੇਖੇ ਆ, ਉਹਨਾਂ ਨੇ ਅਟਰੈਕਸ਼ਨ ਦਾ ਤਾਂ ਟੋਪਿਕ ਹੀ ਨਹੀਂ ਦੇਖਿਆ ਵੀ ਮੁੰਡਾ ਅਟਰੈਕਟ ਹੁੰਦਾ ਕੁੜੀ ਕਨੀ ਕਿ ਨਹੀਂ। ਕਈ ਵਾਰੀ ਸਾਰੀ ਉਮਰ ਨਾ ਤਾਂ ਕੁੜੀ ਮੁੰਡੇ ਕਨੀ ਅਟਰੈਕਟ ਹੁੰਦੀ ਆ ਅਤੇ ਨਾ ਮੁੰਡਾ ਕੁੜੀ ਕਨੀ ਅਟਰੈਕਟ ਹੁੰਦਾ, ਪਰ ਰਹੀ ਜਾਂਦੇ ਆ ਅਤੇ ਉਹ ਕਿੰਨੀ ਪੇਨਫੁੱਲ ਲਾਈਫ ਆ ਯਾਰ, ਕਿੰਨੀ ਪੇਨਫੁੱਲ ਆ। ਹੁਣ ਕਿਵੇਂ ਮੁੰਡਾ ਆਪਣੇ ਮਾਂ ਪਿਓ ਨੂੰ ਸਮਝਾਵੇ ਵੀ ਮੈਂ ਇਸ ਕੁੜੀ ਨਾਲ ਨਹੀਂ ਵਿਆਹ ਕਰਨਾ, ਅਤੇ ਕੁੜੀ ਆਪਣੇ ਮਾਂ ਪਿਓ ਨੂੰ ਕਿਵੇਂ ਦੱਸੇ ਵੀ ਮੈਨੂੰ ਇਹ ਮੁੰਡੇ 'ਚ ਕੋਈ ਅਟਰੈਕਸ਼ਨ ਨਹੀਂ ਨਜ਼ਰ ਆਉਂਦੀ, ਸੋਰੀ ਇਹ ਬਹੁਤ ਵਧੀਆ ਮੁੰਡਾ ਹੋ ਸਕਦਾ, ਇਹ ਬੀਬਾ ਹੋ ਸਕਦਾ, ਐਵਰੀਥਿੰਗ ਆ, ਇਹ ਨਸ਼ੇ ਵੀ ਨਹੀਂ ਕਰਦਾ, ਪਰ ਆਈ ਡੋਂਟ ਫਾਈਂਡ ਹਿਮ ਅਟਰੈਕਟਿਵ। ਉਹ ਕਿਵੇਂ ਕਹੂਗੀ? ਮਾਪਿਆਂ ਨੇ ਤਾਂ ਟੁੱਟ ਕੇ ਪੈ ਜਾਣਾ ਵੀ ਤੇਰਾ ਦਿਮਾਗ ਖਰਾਬ, ਤੂੰ ਪਾਲਦੀ ਕੀ ਆ? ਇਸ ਕਰਕੇ ਸਾਡੀ ਡਿਸਕਸ਼ਨ ਸਿਰਫ ਸੁਪਰਫਿਸ਼ਲ ਲੈਵਲ ਤੱਕ ਹੀ ਰਹਿ ਜਾਂਦੀ ਆ, ਅਸੀਂ ਚਾਂਸ ਹੀ ਨਹੀਂ ਦਿੰਦੇ ਮੁੰਡੇ ਨੂੰ ਨਾ ਕਹਿਣ ਦਾ ਕੁੜੀ ਨੂੰ, ਅਤੇ ਜਿਵੇਂ ਕੁੜੀ ਨੂੰ ਮੁੰਡੇ ਦੇ ਬਾਰੇ ਨਾ ਕਹਿਣ ਦਾ, ਅਸੀਂ ਚਾਂਸ ਨਹੀਂ ਦਿੰਦੇ। ਸਾਡੀ ਡਿਸਕਸ਼ਨ ਮਾਂ ਪਿਓ ਦੀ ਉਸ ਲੈਵਲ ਤੱਕ ਪਹੁੰਚ ਨਹੀਂ ਸਕਦੀ। ਉਹ ਮਾਪੇ ਨੂੰ ਕਿਵੇਂ ਤੁਸੀਂ ਇੱਕ ਮਾਂ ਪਿਓ ਨੂੰ ਤੁਸੀਂ ਸਮਝਾਓਗੇ ਜੇ ਮਾਂ ਪਿਓ ਦਾ ਲੈਵਲ ਹੀ ਹੈ ਨਹੀਂਗਾ ਵੀ ਮੈਂ ਤਾਂ ਇਹਨੂੰ ਅਟਰੈਕਟਿਵ ਹੀ ਨਹੀਂ ਸਮਝਦਾ, ਉਹਨਾਂ ਨੇ ਲੰਬਾ ਲੈਕਚਰ ਤੁਹਾਨੂੰ ਦੇਣ ਲੱਗ ਜਾਂਦਾ, ਤੇਰੀਆਂ ਵੀ ਧੀਆਂ ਪੈਣਾ ਜੇ ਉਹਨਾਂ ਨੂੰ ਤੂੰ ਛੱਡੇਗਾ ਫਿਰ ਤੈਨੂੰ ਨਹੀਂ ਗੁੱਸਾ ਆਊਗਾ, ਫਲਾਨਾ ਯੇ ਬੋ ਕਰਕੇ ਲੈ ਐਵੇਂ ਲੱਗਿਆ ਪਿਆ, ਦੋ ਜਮਾਤਾਂ ਪੜ੍ਹ ਗਿਆ, ਚਲੋ ਜੀ ਕਰ ਕਰਾ ਕੇ ਤੇ ਜੀ ਉਹਨਾਂ ਨੇ ਠੋਕ ਦੇਣੀ ਆ। ਸੋ ਥਰਡ ਹੈਗੀ ਆ ਦ ਕੁਆਲਿਟੀਜ਼ ਦੈਟ ਪੀਪਲ ਕੈਨ ਫਾਈਂਡ ਸੈਕਸ਼ੁਅਲੀ ਅਟਰੈਕਟਿਵ ਮੇ ਡਿਪੈਂਡ ਔਨ ਫਿਜ਼ੀਕਲ ਕੁਆਲਿਟੀ ਇਨਕਲੂਡਿੰਗ ਬੋਥ ਲੁੱਕਸ ਐਂਡ ਮੂਵਮੈਂਟਸ ਆਫ ਏ ਪਰਸਨ ਬਟ ਕੈਨ ਆਲਸੋ ਬੀ ਇਨਫਲੂਐਂਸਡ ਬਾਈ ਵੋਇਸ ਔਰ ਸਮੈਲ ਐਜ਼ ਵੈਲ ਐਜ਼ ਇੰਡੀਵਿਜੁਅਲ ਪ੍ਰੈਫਰੈਂਸਿਸ ਰਿਜ਼ਲਟਿੰਗ ਫਰੋਮ ਏ ਵਰਾਇਟੀ ਆਫ ਜੈਨੈਟਿਕ ਸਾਈਕੋਲੋਜੀਕਲ ਐਂਡ ਕਲਚਰਲ ਫੈਕਟਰਸ। ਸੋ ਇੰਡੀਆ ਦੇ ਵਿੱਚ ਜਦੋਂ ਆਹ ਆਪਣੀ ਆਹ ਆਪਾਂ ਸੈਕਸ਼ੁਐਲਿਟੀ 'ਤੇ ਗੱਲ ਕਰਦੇ ਹਾਂ, ਸਾਰੇ ਨਾਲੋਂ ਜ਼ਿਆਦਾ ਕੰਮ ਹਿੰਦੁਸਤਾਨ 'ਚ ਸੈਕਸ ਦੇ ਉੱਤੇ ਹੋਇਆ, ਸਾਰੇ ਨਾਲ ਇੰਨੀ ਕਿਸੇ ਹੋਰ ਸਿਵਿਲਾਈਜੇਸ਼ਨ ਨੇ ਸੈਕਸ ਨੂੰ ਇੰਨਾ ਧਿਆਨ ਨਹੀਂ ਦਿੱਤਾ ਜਿੰਨਾ ਇੰਡੀਆ ਨੇ ਦਿੱਤਾ। ਸੋ ਇੱਕ ਪੂਰਾ ਵੇਦ ਲਿਖਤਾ ਸੀ ਕਾਮਾ ਸੂਤਰਾ ਸੈਕਸ ਦੇ ਉੱਤੇ, ਔਰ ਉਹਨਾਂ ਨੇ ਜਿਹੜੇ ਪੁਰਾਣੇ ਰਿਸ਼ੀ ਸੀਗੇ ਜਿਹੜੇ ਵਿਦਵਾਨ ਸੀ ਉਸ ਜ਼ਮਾਨੇ ਦੇ, ਉਹ ਕਹਿੰਦੇ ਵੀ ਜਦ ਤੱਕ ਤੁਸੀਂ ਇਹਨੂੰ ਨਹੀਂ ਜਿੱਤ ਸਕਦੇ ਤੁਸੀਂ ਰੱਬ ਨੂੰ ਕੀ ਜਿੱਤੋਗੇ, ਜਦ ਤੱਕ ਤੁਸੀਂ ਆਪਣੀਆਂ ਹੀ ਆਹ ਚੀਜ਼ ਨਹੀਂ ਤੁਸੀਂ ਗ੍ਰੈਸਪ ਕਰਦੇ। ਤਾਂ ਉਹਨਾਂ ਨੇ ਕਿਹਾ ਪਹਿਲਾਂ ਇਹਨੂੰ ਸਮਝੋ ਇੱਕ ਚੀਜ਼ ਕੀ ਆ। ਸੋ ਦੇ ਡਿਵੋਟਡ ਇਨੋਰਮਸ ਅਮਾਊਂਟ ਆਫ ਟਾਈਮ ਟੂ ਅੰਡਰਸਟੈਂਡ ਵਟ ਸੈਕਸ ਇਜ਼। ਉਹ ਅਨਫੋਰਚੁਨੇਟਲੀ ਜਦੋਂ ਆਪਾਂ ਹਾਰੇ, ਹੋਰ ਬਾਹਰਲੀਆਂ ਫੋਰਸਿਸ ਆਈਆਂ, ਉਹਨਾਂ ਨੇ ਇਹ ਵਾਈਪ ਆਊਟ ਕਰਤਾ, ਐਜੂਕੇਸ਼ਨ ਵਾਈਪ ਆਊਟ ਕਰਤੀ। ਤੁਸੀਂ ਅਸ਼ੋਕਾ ਜਿਹੜਾ ਰਾਜਾ ਸੀਗਾ ਉਹਦਾ ਇੱਕ ਪਰਸਨਲ ਹਿਸਟੋਰੀਅਨ ਸੀ, ਉਹਦੇ ਨਾਲ ਤੁਰਿਆ ਫਿਰਦਾ ਹੁੰਦਾ ਸੀ, ਉਹ ਨਾਲੇ ਰਹਿੰਦਾ ਸੀ ਉਹਦੇ। ਉਹਨੇ ਉਹਦੀਆਂ ਬੜੀਆਂ ਮਤਲਬ ਕਿ ਜੋ ਕੁਛ ਵੀ ਉਹਨੇ ਅਸ਼ੋਕਾ ਕਹਿੰਦਾ ਸੀ ਵੀ ਜੋ ਕੁਛ ਮੈਂ ਕਰੀ ਜਾਂਦਾ ਤੂੰ ਲਿਖੀ ਚੱਲ। ਉਹ ਜਿਹੜਾ ਹਿਸਟੋਰੀਅਨ ਨੇ ਲਿਖਿਆ ਵੀ ਉਸ ਜ਼ਮਾਨੇ ਦੇ ਵਿੱਚ ਸਾਡੇ, ਉਹਨੇ ਸਾਡੇ ਕਰਕੇ ਲਿਖਿਆ ਵੀ ਸਾਡੇ ਰਾਜ ਦੇ ਵਿੱਚ ਕੁਛ ਘਰ ਐਸੇ ਸੀਗੇ ਸੈੱਟ ਕੀਤੇ ਹੋਏ ਜਿੱਥੇ ਜਨਾਨੀਆਂ ਨੌਜਵਾਨ ਮੁੰਡਿਆਂ ਨੂੰ ਗ੍ਰਸਤ ਜੀਵਨ ਬਾਰੇ ਟ੍ਰੇਨਿੰਗ ਦਿੰਦੀਆਂ ਸੀ, ਸੈਕਸ ਤੋਂ ਲੈ ਕੇ ਬੱਚਿਆਂ ਦੀ ਪਰਵਰਿਸ਼ ਤੱਕ ਉਹ ਜਨਾਨੀਆਂ ਸਕੂਲਾਂ ਵਾਂਗੂ ਟ੍ਰੇਨਿੰਗ ਦਿੰਦੀਆਂ ਸੀ ਉਸ ਜ਼ਮਾਨੇ 'ਚ। ਉਹ ਤੁਹਾਨੂੰ ਦੱਸਦੀਆਂ ਸੀਗੀਆਂ ਤੁਹਾਡੀਆਂ ਰਿਸਪੋਂਸੀਬਿਲਿਟੀਜ਼ ਐਜ਼ ਏ ਹਸਬੈਂਡ ਕੀ ਆ, ਐਜ਼ ਏ ਸਨ ਤੁਹਾਡੀਆਂ ਰਿਸਪੋਂਸੀਬਿਲਿਟੀਜ਼ ਕੀ ਆ, ਐਜ਼ ਏ ਫਾਦਰ ਤੁਹਾਡੀਆਂ ਰਿਸਪੋਂਸੀਬਿਲਿਟੀਜ਼ ਕੀ ਆ। ਉਹ ਤੁਹਾਨੂੰ ਦੱਸਦੀਆਂ ਸੀਗੀਆਂ ਵੀ ਜਿਹੜੀਆਂ ਲੜਾਈਆਂ ਉਹਨਾਂ ਨੂੰ ਤੁਸੀਂ ਸੋਲਵ ਕਿਵੇਂ ਕਰਨਾ, ਘਰ ਦੀਆਂ ਲੜਾਈਆਂ ਨੂੰ। ਉਹ ਇੱਕ ਕਿਸਮ ਦਾ ਸਕੂਲ ਸੀਗਾ ਉਸ ਜ਼ਮਾਨੇ ਦੇ ਵਿੱਚ, ਔਰ ਜਿਹੜਾ ਅਸ਼ੋਕਾ ਇਹਦੇ ਪਿਓ ਨੇ ਵੀ ਇਹਨੂੰ ਉਹਨਾਂ ਉਸ ਘਰਾਂ ਦੇ ਵਿੱਚ ਇਹਨੂੰ ਭੇਜਿਆ ਸੀਗਾ। ਲੁੱਕ ਹਾਓ ਫਰੀ ਦਾ ਸੋਸਾਇਟੀ ਵਾਜ਼ ਐਟ ਦੈਟ ਟਾਈਮ, ਆਪਣੇ ਉਹ ਸਾਰਾ ਕੁਛ ਖਤਮ ਹੋ ਗਿਆ, ਦੈਟ ਹੋਲ ਥਿੰਗ। ਸੋ ਇਹਨੂੰ ਇਸ ਚੀਜ਼ ਨੂੰ ਲੁਕੋ ਲਿਆ ਗਿਆ।
हुण जे आपां साउथ दे विच जाइए तां मंदर बने हुए आ जिथे उन्होंने मूर्तियां बनाईआं होईआं सैक्शुअल दीआं, पर आपां उन्हां नूं समझिआ नहीं वी उह काहते बणीआं होईआं। देवर मंदरस उत्थे जिहड़े जिहड़े इमरजिंग जिहड़ा कहिंदा सी वी मैं पुजारी बनना, उन्हूं कहिंदे सी पहिलां उत्थे जा के तपस्या करके दिखा, सारे पासे मूर्तियां सैक्स दीआं ते तुहानूं सेंटर च कहिंदे सी बहि जा ते हुण तपस्या कर। तुसीं अपने मन नूं कंट्रोल कर लैंदे हो, बेसिकली उह इह देखणा चाह रहे सी, क्योंकि दिस इज़ वन ऑफ द मोस्ट पावरफुल। फिर हैगा रिलेशनशिप आपां किवें बनाउणा। सो इह क्लीयर हो गया अपनियां लड़ाइयां, अपने विआह शादियां, अपना बहुत सारियां टुटणा, अपना बहुत सारा गुस्सा, अपना सटल पैसिव अग्रैशन कहिंदे आ। पैसिव अग्रैशन हुंदा कि गुस्सा तां हैगा लेकिन छुपिया होया, गुस्सा तां हैगा लेकिन छुपिया होया, बड़ा सटल आ, सरकास्टिक रिमार्क, उन्हूं पैसिव अग्रैशन कहिंदे आ आपां। ते अपने मैरिजेस दे विच पैसिव अग्रैशन बहुत आ, असी लाइक नहीं करते अपनी वाइफ नूं लेकिन असी मरदे दम तक उहदे नाल कट जाएंगे, ये पैसिव अग्रैशन आ। असी लाइक नहीं करते पर असी कट जाएंगे। इस तरह जनानी आ, वो लाइक नहीं करती लेकिन वो कट जूगी, बच्चों की खातर, शर्म की खातर, मापिया की इज्जत की खातर, होर कई चीज़ों की खातर वो कट जूगी लेकिन वो लाइक नहीं करती। सो अपने रिलेशनशिप के खास करके पंजाबियों के बहुत ज़्यादा पैसिव अग्रैशन आ। क्यों? क्योंकि मापिया ने जिस हिसाब न बच्चे ट्रेनिंग मिलनी चाहिए सी उस हिसाब न ट्रेनिंग ही नहीं दी, तो वो फिर किधरले पासे पालता, अपनी आउटलैट किधरले पासे पालता, नशिया च, रिस्क टेकिंग, क्योंकि रिस्क लैण का एक अपना ही मजा। ये भी एक टॉपिक आता सानू सिखाया जाता सोशल वर्क कि इंसान रिस्क किवें लैंदा। थोड़ी जेब के बच्चे $5,000 आ कैश पिया, तुसीं $20 की चोरी वालमार्ट चो करके जेब च पाने, उहदा भी एक मजा, शॉपलिफ्टिंग का भी एक मजा। इंसान बड़ा अजीब जिहा किस्म का जानवर आ। हुण जे उहनूं जदों पुलिस फड़दी आ उहनूं कहिंदे तेरे कोल $5,000 तूं $20 की क्यों चीज़ चक्की आ, वह कहिंदा आई डोंट नो, लेकिन वो उहनूं भी उस एक्साइटमेंट के मज़ा आता। जिहड़ी गैम्बलिंग करदे आ, जिहड़े जुआरी हुंदे आ, जुआरी नूं हार जित नाल कोई मतलब नहीं गा, उहनूं हार जित नाल कोई मतलब नहीं जुआरी नूं, जुआरी नूं तां मतलब सिर्फ इन्ना कि आ लै मैं $10,000 लाया, आऊगा मेरा 11 नंबर, उन्हों उस नाला। वो जब तक वह 11 नंबर आता जा नहीं आता, जोड़ा वह ब्लड गर्म होंदा उन्हों उस चीज़ मज़ा आता। उन्हों हार जित ना कोई लैन देन नहीं, हार गया तो भी ठीक है, जित गया तो भी ठीक है, उन्हें फिर ला देना, क्योंकि उन्हें मज़ा उस वेटिंग चाह, वो जो 10 सेकेंट 20 सेकेंट मिनट वो जरा वेट करता वो जी एक्साइटमेंट होंगी गैम्बलर तो वो लुत्फ आता है। सो दिस मे बी कंपेनियनशिप फॉर प्रोक्रिएशन। सो तुसी क्यों रिलेशनशिप क्यों चाहते हो, जां तां बच्चों की खातर चाहते हो, प्रोक्रिएशन हुंदा बच्चों की खातर, फॉर एन इंटीमेट रिलेशनशिप, एक दूजे नाल सांझ डूंघाई दे विच, उहदे च जरूरी नहीं बच्चे होण ना होण, पर अपने अपने इस इत्थे तक आपां डिस्कस ही नहीं करते। इस तरह भी हो सकता कि कोई आने वाले बच्चे तो अपने करनगे, वो कहणगे भी आपां बच्चे नहीं करने, लैट्स गैट मैरिड बट वी डोंट हैव चिल्ड्रन, वो कहूगी आई लव दैट, वंडरफुल, जे चाहिए होगा बच्चा अडॉप्ट कर लाँगे। क्यों? दे डोंट वांट टू गो थ्रू द पेन ऑफ रेजिंग अ चाइल्ड। हुण आपां बड़े हैरान हुंदे हैं ये कहो जी सोच आ, क्योंकि अपने तो जे 2 साल विआह ना हो सस नहीं जोण दी वी तैनूं की तकलीफ आ, प्रैगनेंट क्यों नहीं हो रही तू, सी टोटली डिफरेंट आ, टोटली डिफरेंट आ सारा कुछ, राइट। सो रिलेशनशिप बिसाइड अदर परपजेज, दिस इनवॉल्व्स इंटरैक्टिव प्रोसैस वेयर बाय पीपल फाइंड एंड अट्रैक्ट पोटेंशियल पार्टनर्स एंड मेनटेन ए रिलेशनशिप। सो रिलेशनशिप पर भी अपनी कोई खास डूंघाई डिस्कशन नहीं होंगी। दीज प्रोसैसिज विच इनवॉल्व अट्रैक्टिंग ए पार्टनर एंड मेनटेन सैक्शुअल इंटरैक्ट कैन इनकलूज फ्लर्टिंग। फ्लर्टिंग होंगी आ जदों एक आदमी एक जनानी के नाल गलबात करता, अखां नाल कर सकता, देख के कर सकता, वो दोनों विआए भी हो सकते, वो दोनों कुआरे भी हो सकते, डजन मैटर, ये तो फ्लर्ट कर रहे हो, राइट। अट्रैक्ट द सैक्शुअल अटेंशन ऑफ अनदर इन ऑर्डर टू इनकरेज रोमांस और सैक्शुअल रिलेशन एंड कैन इनवॉल्व बॉडी लैंग्वेज,
conversation, joking or brief physical contact, right? Seduction is the process whereby one person deliberately entices another to engage in some sort of human sexual behavior. The medium of communication of sexual interest can be verbal or visual. तो इंडिया दे विच तुसी जे इंडिया नू तुसी देखो इंडिया च सडक्शन किवें हुंदी सी ये सारियां चीज़ां कल्चरली डिफाइंड आ भी तुसी किस तरह एक दूसरे नाल गल करनी आ तुसी किवें किसे नू अट्रैक्टिव आ राइट फिर डेटिंग इज़ द प्रोसैस ऑफ अरेंजिंग मीटिंग्स और आउटिंग्स विद ए पोटेंशियल पार्टनर अपने भी डेटिंग हुंदी आ और पुराने जमाने च भी डेटिंग हुंदी सी जदों मिर्जा साहिबां सी ओह भी डेटिंग करदे सी वो वक्री गल लोगों को पसंद नहीं आई वो भी डेटिंग सी उस जमाने की डेटिंग सी वो राइट फिर हैगा द प्रोस्पेक्ट ऑफ फिजिकल इंटीमेसी इज एट टाइम्स द मोस्ट इफेक्टिव मीनस ऑफ सैक्शुअल अट्रैक्शन दिस कैन बी ए वे ऑफ एक्सप्रैसिंग किस जिन बॉयफ्रेंड गर्लफ्रेंड हाथ फड़ के चलते हैं दैट्स कॉल्ड फिजिकल टच होना राइट थोनों पता लग जाता भी तुम क्लोज हो कि नहीं टच ना राइट So sexual behaviors, sexual fantasy is a pattern of thought. Sexual force, submission to be engaged in sex. Women feel guilty to engage sexual activity and sexual arousal, ready to have sex. Okay, so aap tenne cheezan bare apan thoda jeha hor discussion karde haan. So sexual, so let me talk about sexual fantasy. A thought, hun je tusi galat cheezan bacche ne dekh liyan, उदे थॉट गलत हो जाएंगे ता करके पेरेंट्स नू मना करना चाहिए भई तुसी पोर्न वीडियोज ना देखो क्योंकि थोड़े थॉट गलत हो जाएंगे ता करके पेरेंट्स नू फादर्स नू मुंडियां नाल गल्लां करनियां चाहीदियां मदर्स नू कुड़ियां नाल गल्लां करनियां चाहीदियां भी बेटे आह जिहड़ियां वैबसाइटां बनियां ये थोड़े देखण वालियां नेगियां थोनू एक्सप्लेन करना पऊ भी क्यों नहीं इन्ना कह देना भी ना देखो दे नाल गल नहीं बननी तुसीं हुण ये देखना भी थोड़ा पैटर्न ऑफ थॉट डिस्ट्रक्शन हो जाता डिस्ट्रॉय हो जाता सो जिहड़ा थॉट है ना प्रोसैस बच्चे का वो इस करके तुसीं एज ए फादर अपने मुंडे नाल ते मदर अपनी डॉटर नाल गल कर सकते हो भी तुसीं इहो जिहियां साइट्स क्यों नहीं देखनियां क्योंकि थोड़े थॉट चेंज हो जाएंगे क्योंकि बच्चे नू रियैलिटी दे नाल ते वो जिहड़ियां मूवियां दे विच एक्सट्रीम ते जांदे आ उहदा उहनूं अंतर नहीं पता उहनूं नहीं पता भी इह तां मूवी बनी हुई आ टुट टुट के बनी आ उहनूं नहीं इह पता उहनूं उहदे भाणे इउं ही होऊगा ते जदों उहदे तों होऊगा नहीं ते उहने बड़ा डिसअपॉइंट होणा उहने कहणा यार उदों तां मूवी च तां इन्ना सीगा ते मैं तां कुछ भी नहीं कर सकिया एंड दैन ही इज़ गोना फील गिल्टी अबाउट इट ते उह सारी उम्र ही गिल्टी फील करदा रहूगा एंड दैट्स वाई इट्स इंपॉर्टेंट कि आ जिहड़ी सैक्शुअल फैंटसी हुंदी आ ये वो मूवियां एग्जैजरेट कर देंगे जिहड़ियां पोर्न मूवीज़ आ तो वह बहुत ज़्यादा खतरनाक आ बच्चों वास्ते इनफैक्ट वो वैसे ही खतरनाक आ सो ये है जे पैटर्न सैक्शुअल फोर्स आ सबमिशन टू बी एंगेज्ड इन सैक्स कि बंदा शुरू करेगा हसबेंड शुरू करेगा जनानियाँ शुरू करेगी दोनों करनगे ऑल डिपेंड्स ऑन हाउ कंफर्टेबल हसबेंड वाइफ आर टू ईच अदर ओके सैक्शुअल अराउजल रेडी टू हैव सैक्स कदों जे थोड़े ते प्रैशर आ तुसी थोनू फिक्र आ काम दा जां थोनू किसे होर चीज़ दा फिक्र आ जां बच्चे दा फिक्र आ जां थोनू सेहत दा फिक्र आ जां होर कुछ आ फिर तुसी रेडी नहीं हो सकते सैक्स वास्ते यू कैंट हैव सैक्स दैन सैक्शुअल सैटिस्फैक्शन कदों हुंदी आ एलीमेंट्स नैसेसरी फॉर कंटिन्यूइंग हैल्दी सैक्शुअल रिलेशनशिप सैक्शुअल एंटीसपेशन एंटीसपेशन होंगी एक दूसरे के प्रति देख के बॉडी लैंग्वेज नाल एक दूसरे का समझना कि हाँ अज असी एक दूसरे के नाल सैक्शुअल रिलेशनशिप कर सकते हैं जे तुसी एंटीसपेट नहीं करते थोनू कहना पैंदा हर बार ही कहना पैंदा भी रेडी हाँ इहदा मतलब थोड़ी एंटीसपेशन नहीं गी ओके थर्ड हैगा वैल्यू वनज सैक्शुअल सैक्शुअलिटी थोनू अपने आप से कॉन्फिडेंस तो होना चाहिए ना थोनू अपने आप से माण तो होना चाहिए ना भी मैं आदमी हाँ तो उन्होंने अपने आप से माण होना चाहिए भी मैं औरत हाँ वो एक्सैप्टेंस तो होनी चाहिए है ना थोनू जे उ नहीं गई तो फिर सर जूगा अच्छा फीलिंग दैट यू डिजर्व सैक्शुअल प्लेजर दैट यू डिजर्व सैक्शुअल प्लेजर
ਵੀ ਇਹ ਇਹ ਤੁਸੀਂ ਡਿਜ਼ਰਵ ਕਰਦੇ ਹੋ, ਤੁਸੀਂ ਫੋਰਸ ਨਹੀਂ ਕਰ ਰਹੇ। ਜਿੰਨੀ ਜ਼ਰੂਰਤ ਤੁਹਾਡੀ ਆ ਉਨੀ ਹੋਈ ਜ਼ਰੂਰਤ ਕਿਸੇ ਹੋਰ ਦੀ ਆ। ਜਿੰਨੀ ਤੁਹਾਡੀ ਜ਼ਰੂਰਤ ਆ ਇਹ ਉਨੀ ਅਗਲੇ ਦੀ ਵੀ ਆ। ਇਹ ਨਹੀਂ ਗਾ ਵੀ ਤੁਸੀਂ ਹੋਈ, ਮਤਲਬ ਕਿ ਤੁਹਾਡੀ ਹੋਈ ਇਹ ਨੀਡ ਆ ਅਤੇ ਅਗਲਾ ਬੰਦਾ ਕਵੇ ਲਾ ਵੀ ਮੈਂ ਮੇਰੀ ਤਾਂ ਕੋਈ ਲੋੜ ਨਹੀਂ ਗੀ। ਇਟ ਡਜ਼ੰਟ ਵਰਕ ਦੈਟ ਵੇ। ਐਂਡ ਵੈਲਿਊਇੰਗ ਇੰਟੀਮੇਸੀ, ਕਲੋਜ਼ਨੈਸ, ਜੇ ਤੁਹਾਡੇ ਨਾਲ ਬਹਿਣਾ, ਤੁਸੀਂ ਹੱਥ ਫੜਨਾ, ਜਾਂ ਤੁਸੀਂ ਕਲੋਜ਼ਨੈਸ ਹੋਣੀ, ਜਾਂ ਗੱਲਾਂ ਬਾਤਾਂ ਕਰਨੀਆਂ। ਕਿਉਂਕਿ ਜਿਹੜਾ ਸੈਕਸ ਆ, ਜਿਹੜੀ ਸੈਕਸ਼ੁਅਲ ਐਕਟੀਵਿਟੀ ਆ, ਉਹ ਇੱਕ ਪੂਰੀ ਰਿਲੇਸ਼ਨਸ਼ਿਪ ਦਾ ਬੜਾ ਛੋਟਾ ਜਿਹਾ ਹਿੱਸਾ। ਸੈਕਸ਼ੁਅਲ ਐਕਟੀਵਿਟੀ ਬਹੁਤ ਸਾਰਾ ਹਿੱਸਾ ਤਾਂ ਇਹ ਆ ਕਿ ਤੁਸੀਂ ਕਿਸ ਤਰੀਕੇ ਨਾਲ ਉਹਦੇ ਨਾਲ ਗੱਲ ਕਰਦੇ ਹੋ, ਕਿਵੇਂ ਤੁਸੀਂ ਬਹਿੰਦੇ ਹੋ, ਕੀ ਤੁਸੀਂ ਕਿਵੇਂ ਤੁਹਾਡਾ ਆਪਣਾ ਰਿਲੇਸ਼ਨਸ਼ਿਪ ਕਿਵੇਂ ਆ, ਉਹ ਪਾਰਟ ਬੜਾ ਵੱਡਾ। ਸੋ ਜੇ ਆਪਾਂ ਉਹਨੂੰ ਪੂਰੇ ਪਾਰਟ ਨੂੰ ਵੱਡਾ ਕਰੀਏ, ਜਿਹੜਾ ਸੈਕਸ ਐਕਟ ਆ, ਐਕਟ ਆ ਜਿਹੜਾ, ਉਹ ਤਾਂ ਬੜਾ ਛੋਟਾ ਜਿਹਾ, ਉਹ ਤਾਂ ਬਹੁਤ ਥੋੜ੍ਹਾ ਟਾਈਮ 'ਚ ਖਤਮ ਹੋ ਜਾਂਦਾ। ਲੇਕਿਨ ਆਹ ਜਿਹੜਾ ਦਿਸ ਪਾਰਟ ਆ ਜਿਹੜਾ ਆਹ ਇਹਦੇ ਵਿੱਚ ਹੋਰ ਬਹੁਤ ਸਾਰੇ ਪਾਰਟ ਆਉਂਦੇ ਆ। ਹੈਂਡ ਹੋਲਡਿੰਗ ਆਉਂਦਾ, ਇਹਦੇ 'ਚ ਟੱਚ ਆਉਂਦਾ, ਇਹਦੇ 'ਚ ਵਰਬਲ ਆਉਂਦਾ, ਤੁਸੀਂ ਕੀ ਗੱਲਾਂ ਬਾਤਾਂ ਕਰਦੇ ਹੋ, ਇਹਦੇ 'ਚ ਲੁੱਕਸ ਆਉਂਦੀਆਂ, ਤੁਸੀਂ ਡਰੈਸਅਪ ਕਿਵੇਂ ਹੁੰਦੇ ਹੋ, ਇਹਦੇ 'ਚ ਸਾਊਂਡ ਆਉਂਦੀ ਆ, ਤੁਸੀਂ ਮਿਊਜ਼ਿਕ ਲਾਇਆ ਕਿ ਨਹੀਂ ਲਾਇਆ, ਇਹਦੇ 'ਚ ਸਾਈਟ ਆਉਂਦੀ ਆ ਕਿ ਤੁਸੀਂ ਮੋਮਬੱਤੀ ਲਾਈ ਆ ਕਿ ਨਹੀਂ ਲਾਈ ਆ। ਆਹ ਜਿਹੜੀਆਂ ਹਿੱਸ ਆਹ ਜਿਹੜਾ ਨਾ ਆਹ ਜ਼ਿਆਦਾ ਵੱਡਾ ਇਸ ਐਕਟ ਨਾਲੋਂ। ਪਰ ਜਿਹੜਾ ਕੌਨਸਨਟ੍ਰੇਟਡ ਪਾਰਟ ਆ ਸੋਸਾਇਟੀ 'ਚ, ਜਿਹੜੇ ਮੁੰਡਿਆਂ ਨੂੰ, ਛੋਟੇ ਮੁੰਡਿਆਂ ਨੂੰ ਜਿਹੜਾ ਕੁਛ ਸਿਖਾਇਆ ਜਾਂਦਾ, ਜਾਂ ਜੋ ਕੁਛ ਉਹ ਟੈਲੀਵਿਜ਼ਨ 'ਤੇ ਦੇਖਦੇ ਆ, ਜਾਂ ਜੋ ਮੁੰਡੇ ਆਪਸ ਵਿੱਚ ਗੱਲ ਕਰਦੇ ਆ, ਉਹ ਸਿਰਫ ਇਹਦੀ ਗੱਲ ਕਰਦੇ ਆ, ਇਹਦੀ ਗੱਲ ਕੋਈ ਨਹੀਂ ਕਰਦਾ। ਇਸ ਕਰਕੇ ਆਹ ਜਿਹੜਾ ਪਾਰਟ ਆ ਇਹ ਡੋਮੀਨੇਟ ਹੋ ਜਾਂਦਾ। ਉਹ ਸੋਚਦੇ ਆ ਪਤਾ ਨਹੀਂ ਜ਼ਿੰਦਗੀ ਹੋਈ ਆਹ, ਜਦੋਂ ਕਿ ਆਹ ਤਾਂ ਇੱਕ ਨਿੱਕਾ ਜਿਹਾ ਪਾਰਟ ਆ ਉਸ ਪਵਿੱਤਰ ਰਿਸ਼ਤੇ ਦਾ, ਕੁੜੀ ਮੁੰਡੇ ਦੇ ਆਪਸੀ ਪਵਿੱਤਰ ਰਿਸ਼ਤੇ ਦਾ, ਜਾਂ ਹਸਬੈਂਡ ਵਾਈਫ ਦੇ ਪਵਿੱਤਰ ਰਿਸ਼ਤੇ ਦਾ। ਆਹ ਤਾਂ ਇੱਕ ਛੋਟਾ ਜਿਹਾ ਐਕਟ ਆ, ਪਰ ਜ਼ਿੰਦਗੀ ਤਾਂ ਆਹ ਸਾਰੀ। ਤੁਸੀਂ ਕਿਵੇਂ ਬੈਠੇ ਹੋ, ਤੁਸੀਂ ਕਿਸ ਮਾਹੌਲ 'ਚ ਬੈਠੇ ਹੋ, ਕਿਸ ਤਰ੍ਹਾਂ ਦਾ ਮਿਊਜ਼ਿਕ ਲੱਗਿਆ ਹੋਇਆ, ਨਹੀਂ ਲੱਗਿਆ ਹੋਇਆ, ਆਹ ਜ਼ਿਆਦਾ ਇੰਪੋਰਟੈਂਟ ਆ ਇਸ ਨਾਲੋਂ। ਪਰ ਆਪਣੇ ਇਹਦੇ ਬਾਰੇ ਕੋਈ ਗੱਲ ਨਹੀਂ ਹੁੰਦੀ, ਨਾ ਬੱਚਿਆਂ ਨੂੰ ਟ੍ਰੇਨਿੰਗ ਮਿਲਦੀ ਆ, ਨਾ ਕੁੜੀ ਨੂੰ ਟ੍ਰੇਨਿੰਗ ਮਿਲਦੀ ਆ, ਨਾ ਮੁੰਡੇ ਨੂੰ ਟ੍ਰੇਨਿੰਗ ਮਿਲਦੀ ਆ, ਮੁੰਡਾ ਆਪਣਾ ਉਹ ਇੰਟਰਨੈਟ ਤੋਂ। ਸੋ ਜਿਹੜਾ ਜਿਹੜੀਆਂ ਪੋਰਨ ਮੂਵੀਜ਼ ਆ ਉਹਦੇ 'ਚ ਇਹਦੇ ਬਾਰੇ ਤੁਸੀਂ ਦੱਸੋ, ਇਹਦੇ ਬਾਰੇ ਕੁਝ ਗੱਲ ਹੁੰਦੀ ਆ, ਇਹਦੇ ਬਾਰੇ ਗੱਲ ਹੁੰਦੀ ਆ, ਜਦੋਂ ਕਿ ਹੋਣੀ ਚਾਹੀਦੀ ਆ ਇਹਦੇ ਬਾਰੇ ਗੱਲ। ਤਾਂ ਕਰਕੇ ਜਦੋਂ ਮੁੰਡਾ ਜਾਂ ਕੁੜੀ ਜਾਂ ਉਹੋ ਜਿਹੀਆਂ ਮੂਵੀਆਂ ਦੇਖਦੇ ਆ, ਤੁਹਾਡੇ ਕੋਲ ਅੱਜ ਮਟੀਰੀਅਲ ਆ, ਤੁਸੀਂ ਆਪਣੇ ਬੱਚੇ ਨੂੰ ਸ਼ਾਂਤੀ ਦੇ ਨਾਲ ਦੱਸ ਸਕੋ ਵੀ ਪੁੱਤ ਆਏ ਹਾਂ, ਅਤੇ ਆਹ ਜੇ ਤੁਹਾਨੂੰ ਸਲਾਈਡ ਚਾਹੀਦੀ ਆ, ਤੁਹਾਨੂੰ ਮੈਂ ਸਲਾਈਡ ਦੇ ਦੂੰ। ਤੁਸੀਂ ਆਪਣੇ ਬੱਚੇ ਨਾਲ ਬੈਠ ਕੇ ਉਹਨੂੰ ਐਜੂਕੇਟ ਕਰ ਸਕਦੇ ਹੋ ਵੀ ਤੂੰ ਆਪਣੀ ਜ਼ਿੰਦਗੀ ਪੁੱਤ ਇਸ ਤਰੀਕੇ ਨਾਲ ਬਣਾ ਸਕਦਾ। ਦਿਸ ਇਜ਼ ਇੰਪੋਰਟੈਂਟ ਪਾਰਟ ਆਫ ਲਾਈਫ। ਮੇਰੇ ਖਿਆਲ 'ਚ ਸਰਟਨ ਚੀਜ਼ਾਂ ਤੁਹਾਨੂੰ ਛੋਟੀਆਂ ਹੁੰਦੇ ਦੱਸਣੀਆਂ ਚਾਹੀਦੀਆਂ, ਜਿਵੇਂ ਤੁਸੀਂ ਹਿੱਟ ਨਹੀਂ ਕਰਨਾ, ਰਿਲੇਸ਼ਨਸ਼ਿਪ ਬੇਟੇ ਤੇਰਾ, ਤੂੰ ਬੇਟੇ ਤੇਰਾ ਆਹ ਬ੍ਰਦਰ ਆ, ਤੇਰੀ ਆਹ ਸਿਸਟਰ ਆ, ਜਾਂ ਤੇਰੇ ਆਹ ਸਕੂਲ 'ਚ ਯੂ ਆਰ ਗੋਇੰਗ ਹੁਣ ਗ੍ਰੇਡ 1 'ਚ ਆ, ਵੀ ਇਹ ਤੇਰਾ ਤੇਰਾ ਕੁਲੀਗ ਆ ਜਾਂ ਤੇਰਾ ਪੀਅਰ ਆ ਇਹ ਸਕੂਲ ਦੇ ਵਿੱਚ। ਯੂ ਹੈਵ ਟੂ ਟੀਚ ਦੈਟ ਰਿਲੇਸ਼ਨਸ਼ਿਪ ਪਾਰਟ। ਉੱਥੇ ਵੀ ਆਪਾਂ ਥੋੜ੍ਹਾ ਜਿਹਾ ਵੀਕ ਹਾਂ, ਆਪਾਂ ਨਾ ਰਿਲੇਸ਼ਨਸ਼ਿਪ 'ਚ ਵੀਕ ਹਾਂ। ਸੋ ਰਿਲੇਸ਼ਨਸ਼ਿਪ ਸਿਰਫ ਹਸਬੈਂਡ ਵਾਈਫ ਦਾ ਤਾਂ ਨਹੀਂਗਾ, ਜਾਂ ਬੋਏਫ੍ਰੈਂਡ ਅਤੇ ਗਰਲਫ੍ਰੈਂਡ ਦਾ ਤਾਂ ਨਹੀਂਗਾ ਰਿਲੇਸ਼ਨਸ਼ਿਪ, ਰਿਲੇਸ਼ਨਸ਼ਿਪ ਤਾਂ ਹੋਰ ਵੀ ਬਹੁਤ। ਆਪਾਂ ਇਹਦੇ ਬਾਰੇ ਗੱਲ ਹੀ ਨਹੀਂ ਕੀਤੀ, ਉਹਨੂੰ ਦੱਸਿਆ ਹੀ ਨਹੀਂ ਵੀ ਤੇਰਾ ਰਿਲੇਸ਼ਨਸ਼ਿਪ ਟੀ ਵੀ ਨਾਲ ਕੀ ਆ, ਤੇਰਾ ਰਿਲੇਸ਼ਨਸ਼ਿਪ ਆ ਜਿਹੜਾ ਨਿੱਕਾ ਜਿਹਾ ਟਰੱਕ ਚੱਕੀ ਫਿਰਦਾ ਇਹਦੇ ਨਾਲ ਕੀ ਆ। ਜਦੋਂ ਉਹ ਚੱਕ ਕੇ ਮਾਰਦਾ ਉਸ ਬੱਚੇ ਦਾ ਰਿਲੇਸ਼ਨਸ਼ਿਪ ਉਸ ਟਰੱਕ ਨਾਲ ਕੀ ਰਹਿ ਗਿਆ, ਉਹ ਜੇ ਦੂਸਰੇ ਬੱਚੇ ਦੇ ਸਿਰ 'ਚ ਵੱਜਿਆ ਉਹਦਾ ਕੀ ਰਿਲੇਸ਼ਨਸ਼ਿਪ ਆ ਉਸ ਬੱਚੇ ਨਾਲ ਵੀ ਅਤੇ ਉਸ ਟਰੱਕ ਨਾਲ ਵੀ। ਸੋ ਇਸ ਕਰਕੇ ਇਹਦੇ ਨਾਲ ਇਹਦੇ 'ਤੇ ਆਪਾਂ ਗੱਲ ਨਹੀਂ ਕੀਤੀ। ਜਦੋਂ ਆਹ ਫਾਊਂਡੇਸ਼ਨ ਹੀ ਹੈ ਨਹੀਂ ਗੀ, ਉਹਦਾ ਨਾ ਆਪਣੇ ਨਾਲ ਕੋਈ ਰਿਲੇਸ਼ਨਸ਼ਿਪ ਆ, ਜਦੋਂ ਅਸੀਂ ਉਹਨੂੰ ਕੋਈ ਚੀਜ਼ ਕਹਿੰਦੇ ਉਹ ਕਹਿਣਾ ਨਹੀਂ ਮੰਨਦਾ, ਤਾਂ ਇਹਦਾ ਮਤਲਬ ਉਹਦਾ ਆਪਣੇ ਨਾਲ ਵੀ ਰਿਲੇਸ਼ਨਸ਼ਿਪ ਖਤਮ ਹੋ ਗਿਆ, ਅਤੇ ਫਿਰ ਉਹ ਕਿਵੇਂ ਮੰਨੂਗਾ ਆਪਣੀ, ਫਿਰ ਤਾਂ ਰਿਲੇਸ਼ਨਸ਼ਿਪ ਹੀ ਨਾ ਹੋਇਆ ਉਹਦਾ। ਉਹ ਬੱਚਾ ਤਾਂ ਆਪਣੀ ਕਹਿਣਾ ਹੀ ਨਹੀਂ ਮੰਨ ਰਿਹਾ, ਉਹ ਨਾ ਤਾਂ ਗੁਰਦੁਆਰੇ ਜਾਣ ਦਾ ਕਹਿਣਾ ਮੰਨਦਾ, ਨਾ ਉਹਨੂੰ ਕਹਿੰਦੇ ਰੋਟੀ ਖਾ ਲਾ, ਨਾ ਉਹਨੂੰ ਕਹਿੰਦੇ ਵੀ ਤੂੰ ਟੀ ਵੀ ਦੇਖ ਲਾ, ਉਹ ਕੁਛ ਵੀ ਨਹੀਂ ਕਰਦਾ।
ਇਹਦਾ ਮਤਲਬ ਸਾਡਾ ਅਸੀਂ ਇਸ ਪਹਿਲੀ ਪੌੜੀ 'ਤੇ ਫੇਲ ਹੋ ਗਏ ਅਤੇ ਫਿਰ ਉਹਨੂੰ ਗਾਂਹ ਕਿਵੇਂ ਦੱਸਾਂਗੇ ਜਦੋਂ 10 ਸਾਲ ਦਾ ਹੋ ਗਿਆ 12 ਦਾ ਹੋ ਗਿਆ 14 ਦਾ ਹੋ ਗਿਆ ਤਕਰੀਬਨ 12 ਕੁ ਸਾਲ ਦੀ ਮੇਰੇ ਖਿਆਲ 'ਚ 12 ਕੁ ਸਾਲ ਦੀ ਏਜ ਦੇ ਵਿੱਚ ਤੁਹਾਨੂੰ ਉਹਨੂੰ ਤੁਸੀਂ ਦੱਸ ਸਕਦੇ ਹੋ ਰੀਜ਼ਨੇਬਲੀ ਬਈ ਦਿਸ ਇਜ਼ ਹਾਊ ਲਾਈਫ ਵਿਲ ਬੀ ਫਰੋਮ ਨਾਊ ਆਨ ਕਿਉਂਕਿ 12 ਕੁ ਸਾਲ ਦੀ ਉਮਰ ਦੇ ਵਿੱਚ 13 ਕੁ ਸਾਲ ਦੀ ਉਮਰ ਦੇ ਵਿੱਚ 14 ਕੁ ਸਾਲ ਦੀ ਉਮਰ ਦੇ ਵਿੱਚ ਅਰਾਊਂਡ ਮੁੰਡੇ 12 ਕੁ ਸਾਲ ਦੀ ਉਮਰ ਦੇ ਵਿੱਚ ਕੁੜੀਆਂ ਆਲਰੇਡੀ ਇੱਕ ਦੂਜੇ ਨੂੰ ਪਸੰਦ ਕਰਨਾ ਸ਼ੁਰੂ ਕਰ ਲੈਂਦੀਆਂ ਅਤੇ ਉਦੋਂ ਤੁਹਾਨੂੰ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਰਿਲੇਸ਼ਨਸ਼ਿਪ ਕਿਹੋ ਜਿਹਾ ਹੋਣਾ ਚਾਹੀਦਾ ਔਰ ਕਿਹੜੀਆਂ ਕੰਡੀਸ਼ਨਸ 'ਤੇ ਬਣਦਾ ਇਹਦੇ ਵਿੱਚ ਕਮਿਟਮੈਂਟ ਕੀ ਆ ਇੱਕ ਮੁੰਡੇ ਦੀ ਆਪਣੇ ਫਾਦਰ ਦੇ ਨਾਲ ਕੀ ਕਮਿਟਮੈਂਟ ਆ ਪਤਾ ਤਾਂ ਹੋਵੇ ਕੀ ਕਮਿਟਮੈਂਟ ਆ ਉਹਦੀ ਆਪਣੀ ਤਾਂ ਕਮਿਟਮੈਂਟ ਹੈਗੀ ਆ ਆਪਾਂ ਕੰਮ 'ਤੇ ਜਾਂਦੇ ਹਾਂ ਮੌਰਗੇਜ ਪੇ ਕਰਦੇ ਹਾਂ ਗਰੋਸਰੀ ਲਿਆਉਂਦੇ ਹਾਂ ਕੱਪੜੇ ਦਿੰਦੇ ਹਾਂ ਆਪਾਂ ਆਪਣੀ ਕਮਿਟਮੈਂਟ ਆ ਉਸ ਮੁੰਡੇ ਦੇ ਪ੍ਰਤੀ ਉਹਦੀ ਕਮਿਟਮੈਂਟ ਤੁਹਾਡੇ ਪ੍ਰਤੀ ਕੀ ਆ ਤੁਸੀਂ ਤਾਂ ਕਮਿਟਮੈਂਟ ਕਰੀ ਜਾਂਦੇ ਹੋ ਔਰ ਤੁਸੀਂ ਇਹ ਸੋਚੀ ਬੈਠੇ ਹੋ ਕਿ ਉਹ ਅੰਡਰਸਟੈਂਡ ਕਰਦਾ ਅਤੇ ਉਹ ਐਪਰੀਸ਼ੀਏਟ ਕਰਦਾ ਤੁਸੀਂ ਸੋਚਦੇ ਹੋ ਪਰ ਪੁੱਛ ਕੇ ਦੇਖੋ ਵੀ ਉਹ ਵਾਕਿਆ ਕਰਦਾ ਤੁਹਾਡੀ ਐਂਡ ਦੈਟ ਇਜ਼ ਵਾਟ ਇਜ਼ ਇੰਪੋਰਟੈਂਟ ਸੋ ਤੁਹਾਡੀ ਜਿਹੜੀ ਰਿਲੇਸ਼ਨਸ਼ਿਪ 'ਤੇ ਮੈਂ ਕਹਿੰਦਾ ਵੀ ਉਹਦੇ 'ਤੇ ਗੱਲ ਕਰਨੀ ਆ ਐਂਡ ਗ੍ਰੈਜੂਅਲੀ ਜਦੋਂ ਤੁਹਾਡਾ ਆਹ ਪਾਰਟ ਸਟਰੋਂਗ ਹੋ ਗਿਆ ਦੈਨ ਯੂ ਕੈਨ ਸਿਟ ਡਾਊਨ ਵਿਦ ਯੂਅਰ ਸਨ ਔਰ ਉਹਨੂੰ ਕਹੋ ਵੀ ਬੇਟੇ ਵੀ ਦਿਸ ਇਜ਼ ਨਾਊ ਇਜ਼ ਦੈਟ ਯੂ ਆਰ ਗੈਟਿੰਗ ਟੂ ਬੀ ਏ ਮੈਨ ਇਟ ਵਿਲ ਬੀ ਵੈਰੀ ਨੈਚੁਰਲ ਦੈਟ ਯੂ ਮੇ ਫਾਇੰਡ ਅਟਰੈਕਸ਼ਨ ਟੂ ਏ ਗਰਲ ਹੁਣ ਆਪਾਂ ਨੇ ਕਿਵੇਂ ਆਪਣੀ ਜ਼ਿੰਦਗੀ ਕਰਨੀ ਆ ਵੀ ਉੱਧਰੋਂ ਤੇਰੇ ਐਗਜ਼ਾਮਸ ਹੋਣਗੇ ਗ੍ਰੇਡ ਦੇ ਗ੍ਰੇਡ 9 'ਚ ਤੂੰ ਜਾਏਗਾ 14 ਸਾਲ ਦਾ ਉੱਧਰੋਂ ਤੈਨੂੰ ਕੁੜੀਆਂ ਤੰਗ ਕਰਨਗੀਆਂ ਉੱਧਰੋਂ ਤੂੰ ਰਿਲੇਸ਼ਨਸ਼ਿਪ 'ਚ ਇਨਵੋਲਵ ਹੋਏਗਾ ਅਤੇ ਉੱਧਰੋਂ ਤੂੰ ਆਪਣਾ ਪੜ੍ਹੇਗਾ ਕਿ ਉੱਧਰੋਂ ਤੂੰ ਆਪਣਾ ਆਹ ਕਰੇਗਾ ਕੀ ਕਰੇਗਾ ਤੂੰ ਦੱਸ ਸੈਂਸੁਐਲਿਟੀ ਇੰਟੀਮੇਸੀ ਸੈਕਸ਼ੁਅਲ ਆਈਡੈਂਟੀ ਰੀਪ੍ਰੋਡਕਸ਼ਨ ਐਂਡ ਸੈਕਸ਼ੁਅਲਾਈਜੇਸ਼ਨ ਇਹਨਾਂ 5 ਨੂੰ ਆਪਾਂ ਥੋੜ੍ਹਾ ਜਿਹਾ ਹੋਰ ਡਿਸਕਸ ਕਰ ਲਈਏ ਅਵੇਅਰਨੈਸ ਐਂਡ ਐਕਸੈਪਟੈਂਸ ਆਫ ਆਵਰ ਓਨ ਬਾਡੀ ਇਹ ਸੈਂਸੁਐਲਿਟੀ ਆ ਅਵੇਅਰਨੈਸ ਐਂਡ ਐਕਸੈਪਟੈਂਸ ਆਫ ਆਵਰ ਓਨ ਬਾਡੀ ਰਾਈਟ ਦੈਟਸ ਵਟ ਸੈਂਸੁਐਲਿਟੀ ਇਜ਼ ਨੌਲੇਜ ਆਫ ਅਨਾਟਮੀ ਐਂਡ ਫਿਜ਼ੀਓਲੋਜੀ ਅੰਡਰਸਟੈਂਡਿੰਗ ਸੈਕਸ਼ੁਅਲ ਰਿਸਪੋਂਸ ਬਾਡੀ ਇਮੇਜ ਸੈਟਿਸਫੈਕਸ਼ਨ ਆਫ ਸਕਿਨ ਹੰਗਰ ਅਟਰੈਕਸ਼ਨ ਟੈਂਪਲੇਟ ਐਂਡ ਫੈਂਟਸੀ ਆਹ ਸਾਰੀਆਂ ਚੀਜ਼ਾਂ ਸੈਂਸੁਐਲਿਟੀ ਦੇ ਵਿੱਚ ਆਉਂਦੀਆਂ ਆਹ ਸਾਰੀਆਂ ਇਹਨੂੰ ਆਪਾਂ ਨੂੰ ਸਮਝਣਾ ਪੈਣਾ ਕਿਹੜੀਆਂ ਕਿਹੜੀਆਂ ਨੌਲੇਜ ਸਰੀਰ ਦੀ ਬਣਤਰ ਕਿਵੇਂ ਆ ਅੰਡਰਸਟੈਂਡਿੰਗ ਆਫ ਸੈਕਸ਼ੁਅਲ ਰਿਸਪੋਂਸ ਅਗਲਾ ਬੰਦਾ ਕਿਵੇਂ ਰਿਸਪੋਂਸ ਕਰਦਾ ਔਰ ਆਪਣੀਆਂ ਬਹੁਤ ਸਾਰੀਆਂ ਪ੍ਰੋਬਲਮਸ ਇੱਥੇ ਆਉਂਦੀਆਂ ਆਦਮੀਆਂ ਦੀਆਂ ਆਦਮੀਆਂ 'ਤੇ ਚਾਰਜਿਸ ਵੀ ਲੱਗਦੇ ਆ ਰਾਈਟ ਸੈਕਸ਼ੁਅਲ ਅਸੋਲਟ ਦੇ ਅਤੇ ਉਹ ਸਾਰੀਆਂ ਚੀਜ਼ਾਂ ਦੇ ਕਿਉਂਕਿ ਅਸੀਂ ਸੈਕਸ਼ੁਅਲ ਰਿਸਪੋਂਸ ਸਮਝਦੇ ਨਹੀਂ ਵੀ ਕਿਹੋ ਜਿਹਾ ਸੈਕਸ਼ੁਅਲ ਰਿਸਪੋਂਸ ਮਿਲ ਰਿਹਾ ਔਰ ਆਪਾਂ ਨੂੰ ਫਿਰ ਉਹ ਟਰਬਲ 'ਚ ਪਾ ਦਿੰਦੇ ਆ ਕਿਉਂਕਿ ਆਪਾਂ ਸਮਝਦੇ ਨਹੀਂ ਵੀ ਡੂ ਡੋਂਟ ਅੰਡਰਸਟੈਂਡ ਵੀ ਕੀ ਰਿਸਪੋਂਸ ਆ ਬਾਡੀ ਇਮੇਜ ਤੁਹਾਡੀ ਬਾਡੀ ਅਤੇ ਅਗਲੇ ਦੀ ਬਾਡੀ ਉਹਦੀ ਇਮੇਜ ਦੀ ਪਰਸਨੈਲਿਟੀ ਕਿਹੋ ਜਿਹੀ ਹੈ ਤੁਸੀਂ ਕਿਵੇਂ ਅੰਡਰਸਟੈਂਡ ਕਰਦੇ ਹੋ ਬਾਡੀ ਕਿਹੋ ਜਿਹੀ ਹੋਣੀ ਚਾਹੀਦੀ ਆ ਹਰ ਇੱਕ ਬੰਦੇ ਦੀ ਡਿਫਰੈਂਟ ਅੰਡਰਸਟੈਂਡਿੰਗ ਆ ਵੀ ਕਿਹੋ ਜਿਹੀ ਬਾਡੀ ਹੋਣੀ ਚਾਹੀਦੀ ਆ ਸੈਟਿਸਫੈਕਸ਼ਨ ਆਫ ਸਕਿਨ ਹੰਗਰ ਸਕਿਨ ਹੰਗਰ ਹੁੰਦੀ ਆ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਤੁਹਾਨੂੰ ਸਰੀਰ ਵਧੀਆ ਲੱਗਦਾ ਹਰ ਇੱਕ ਬੰਦਾ ਸਕਿਨ ਦੇ ਕਲਰ ਤੋਂ ਅਟਰੈਕਟ ਨਹੀਂ ਹੁੰਦਾ ਕਈ ਬੰਦੇ ਗੋਰੀ ਸਕਿਨ ਤੋਂ ਅਟਰੈਕਟ ਹੁੰਦੇ ਆ ਕਈ ਬੰਦੇ ਕਾਲੀ ਸਕਿਨ ਤੋਂ ਅਟਰੈਕਟ ਹੁੰਦੇ ਆ ਕਈ ਬਰਾਊਨ ਸਕਿਨ ਤੋਂ ਅਟਰੈਕਟ ਹੁੰਦੇ ਆ ਕਈ ਬੰਦੇ ਪਤਲਿਆਂ ਤੋਂ ਅਟਰੈਕਟ ਹੁੰਦੇ ਆ ਕਈ ਬੰਦੇ ਮੋਟਿਆਂ ਤੋਂ ਅਟਰੈਕਟ ਹੁੰਦੇ ਆ ਆਲ ਕਾਇੰਡ ਆਫ ਡਿਫਰੈਂਟ ਇਸ਼ੂਜ਼ ਆ ਰਾਈਟ ਅਟਰੈਕਸ਼ਨ ਤੁਸੀਂ ਕਿਵੇਂ ਅਟਰੈਕਟ ਹੁੰਦੇ ਹੋ ਅੱਖਾਂ ਤੋਂ ਬੋਲ ਤੋਂ ਪਹਿਰਾਵੇ ਤੋਂ ਕਿਸ ਤਰ੍ਹਾਂ ਮੂਵਮੈਂਟਸ ਹੁੰਦੀਆਂ ਉਹਦੇ ਤੋਂ ਕਿਸ ਚੀਜ਼ ਤੋਂ ਤੁਸੀਂ ਅਟਰੈਕਟ ਹੁੰਦੇ ਹੋ ਦੇਖਣੀ ਤੋਂ ਦੈਟਸ ਅਟਰੈਕਸ਼ਨ ਟੈਂਪਲੇਟ ਇੱਕ ਲੰਬੀ ਟੈਂਪਲੇਟ ਆ ਉਹ ਤੁਸੀਂ ਹਰ ਇੱਕ ਬੰਦੇ ਦੀ ਡਿਫਰੈਂਟ ਆ ਉਹ ਕੋਈ ਰਾਈਟ ਨਹੀਂ ਅਤੇ ਕੋਈ ਰੋਂਗ ਨਹੀਂ ਇਟਸ ਨੋਟ ਵੀ ਆਹ ਬੰਦੇ ਦੀ ਰੋਂਗ ਆ ਜਾਂ ਰਾਈਟ ਨੋ ਨਥਿੰਗ ਰੋਂਗ ਫਿਰ ਤੁਸੀਂ ਕਿਵੇਂ ਸੋਚਦੇ ਹੋ ਕਿਸ ਤਰ੍ਹਾਂ ਦਾ ਤੁਹਾਡੇ ਹੋਣੀ ਚਾਹੀਦੀ ਆ ਤੁਹਾਡੀ ਆਪਣੀ ਬਾਡੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਅਤੇ ਦੂਸਰੇ ਦੀ ਬਾਡੀ ਕਿਵੇਂ ਹੋਣੀ ਤੁਹਾਡੇ ਸਲਟਨ ਵਿਚਾਰ ਆ ਤੁਹਾਡੇ ਦਿਮਾਗ ਦੇ ਵਿੱਚ ਕੰਟੀਨਿਊਸਲੀ ਗੇੜਾ ਖਾਂਦੇ ਆ ਹਾਊ ਡੂ ਯੂ ਡੂ ਇਟ ਰਾਈਟ ਸੈਕਿੰਡ ਹੈਗੀ ਆ ਇੰਟੀਮੇਸੀ ਇੰਟੀਮੇਸੀ ਕੀ ਆ ਐਕਸਪੀਰੀਅੰਸਿੰਗ ਇਮੋਸ਼ਨਲ ਕਲੋਜ਼ਨੈਸ ਟੂ ਅਨਦਰ ਦਿਮਾਗੀ ਤੌਰ 'ਤੇ ਤੁਸੀਂ ਦੂਸਰੇ ਬੰਦੇ ਦੇ ਨਜ਼ਦੀਕ ਕਿਵੇਂ ਹੁੰਦੇ ਹੋ ਦਿਮਾਗੀ ਤੌਰ 'ਤੇ ਨਜ਼ਦੀਕ ਕਿਵੇਂ ਹੋ ਤੁਸੀਂ ਕੇਅਰ ਕਰਦੇ ਹੋ ਉਹ ਤੁਹਾਡੀ ਕੇਅਰ ਕਰਦਾ ਸ਼ੇਅਰ ਕਰਦੇ ਹੋ ਇੱਕ ਦੂਸਰੇ ਨਾਲ ਕੋਈ ਸ਼ੇਅਰਿੰਗ ਹੈਗੀ ਆ ਤੁਹਾਡੀ ਰਿਸਕ ਟੇਕਿੰਗ ਕਿੰਨਾ ਕੁ ਤੁਸੀਂ ਇੱਕ ਦੂਸਰੇ ਦੇ ਪ੍ਰਤੀ ਰਿਸਕ ਲੈ ਸਕਦੇ ਹੋ
कई बंदे बहुत ज़्यादा रिस्क ले सकते हैं, कई बंदे बिल्कुल नहीं रिस्क ले सकते। वल्नरेबिलिटी, तुसी कितना अपने आप नूं ओपन करते हो दसण वास्ते। कई बंदे बहुत ज़्यादा ओपन कर लेंदे आ, सुहाग रात दे दिन अपनी दसण लग जांदे आ वी मैं तीन गर्लफ्रेंडां नाल पहलां सीगा, मुड़ के सारी उम्र बणदी नहीं। वल्नरेबल कर लिया तुसी अपने आप नूं, हुंदे आ इहो जिहे कई। सैल्फ डिस्कलोजर, किन्ना क तुसी अपने आप नूं खोल के दसदे हो, किन्नी एट वट लैवल, कदों कदों सैल्फ डिस्कलोजर करना। जे इनअप्रोप्रिएट करता नुकसान हो जू, जे बिल्कुल ही ना किया फिर भी नुकसान हो जू। आ इंटीमेसी इतने डिपेंड करता भी तुसी अपने पार्टनर दे किन्ना क क्लोज आओगे, तो जे वो खुद दसे ही ना थोनू कुछ, तुसी उन्हें पूछो भी तू किहड़े कॉलेज पढ़न गई सी, कदों पढ़न गई सी, उत्थे किवें होया, तो वह निके निके आंसर दे, बी ए 1984 फिर तो की लाइक करते सी राजेश खन्ना। तुसी कहोगे यार तू कोई दसता सही की आ, मैं पुलिस वाले वांगू निके निके आंसर करी जानी आ। वह इंटीमेसी नहीं होनी थोड़ी, यू विल नैवर गैट क्लोज अप, राइट, क्योंकि वो रिस्क ही नहीं लै रही, राइट, ना रिस्क कर रही है, ना सैल्फ डिस्कलोजर कर रही है, ना अपने आप को वल्नरेबल कर रही है, कुछ नहीं कर रही, तो फिर इंटीमेसी नहीं होनी थोड़ी। सैक्शुअल प्रोसैस ऑफ डिस्कवरिंग हू वी आर इन टर्म्स ऑफ सैक्शुअलिटी, ये सैक्शुअल आइडेंटिटी आ, है कौन आप, जेंडर रोल्स, ओरिएंटेशन, सैल्फ एसटीम एंड कॉन्फिडेंस लैवल, रिलेशनशिप विद फैमिली एंड फ्रेंड्स, रोल्स एज ए चाइल्ड एंड एडल्ट, परसैप्शन ऑफ सैल्फ एज मेल एंड फीमेल। इस तरह के भी बंदे है जेड़े होंगे मेल आ, लेकिन वह कहें भी असी फीमेल होइए तो बैटर आ। एहोजियां जनानियां भी है जिहड़ियां कहिंदियां भी असी मेल होइए तो बैटर आ, फिर वो ऑपरेशन करा के अपनी सैक्स चेंज करा दियां जां कराउंदे आ। सो ऑल काइंड ऑफ नो डिफिकल्ट सिचुएशनस हैगियां इन टर्म्स ऑफ नो सैक्शुअल आइडेंटिटी, अपनी आइडेंटिटी की आ, की हाँ आप, होमोसैक्सुअल हाँ, हैट्रोसैक्सुअल हाँ, बाइसैक्सुअल हाँ, ट्रांसजेंडर आ, जिहड़े आदमी जनानियां दे कपड़े पा के फिरदे आ, जां जिहड़ियां जनानियां आदमियां दे कपड़े पा के फिरदियां उन्हां नूं ट्रांसजेंडर कहिंदे आ। ऑल काइंड ऑफ डिफिकल्टीज आ सैक्शुअलिटी दे विच, लेकिन ब्रॉड माइंड चाहिए इन्हां नूं एक्सप्लोर करन वास्ते, समझण वास्ते, वी नीड टू हैव, क्योंकि आपां उस कल्चर चों आए हाँ जां उस अपने ते थोड़ा जिहा धार्मिक भी अपने ते प्रैशर पैंदा, आपां खुल के गल नहीं कर सकते, लोग टुट के पै जांदे आ। इन्हां चीज़ां ते नहीं आप गल करते, उधरले पासे क्यों जांदा, वी डोंट नो, रिसर्च कुछ नहीं कंकलूड कर सकी। और कदों होंदा, अराउंड 12-13 साल के करीब होंदा, कई 8 साल के करीब दसदे आ, कईयां नूं जदों तुसीं कई जिहड़े ओपनली गे एंड लैसबियन आ, उन्हां नूं जदों पुछीदा वी तुसीं थोनू कदों पता लग्गिया वी तुसीं दूसरे बच्चिआं नालों डिफरेंट आ, बिटवीन 8 and 12 के करीब उह कहिंदे आ। उदों किहड़ी चीज़ नहीं उन्हां दे डिवेलप होई, आई डोंट नो। देयर इज नथिंग यू कैन डू, कुदरती तौर पर अंदरूनी आ, ये अंदरूनी आ, ਤੁਸੀਂ ਐਂ ਚੇਂਜ ਨਹੀਂ ਕਰ ਸਕਦੇ। ਇਹਨਾਂ ਕੰਟਰੀਆਂ ਦੇ ਵਿੱਚ ਉਹਨਾਂ ਨੇ ਹੱਥੀ ਸੁੱਟ, ਇੱਕ ਕਿਸਮ ਦਾ ਹਥਿਆਰ ਸੁੱਟੇ ਹੋਏ ਆ, ਰਾਈਟ, ਸੋ ਦੇ ਆਰ ਨਾਟ, ਦੇ ਆਰ ਸੇਇੰਗ ਵੀ ਜੇ ਹੁਣ ਤੂੰ ਹੈਗਾ ਤਾਂ ਹੁਣ ਅਸੀਂ ਕੀ ਕਰੀਏ, ਵੀ ਵੀ ਨਾਟ ਕਨਾ, ਵੀ ਕਨ ਐਕਸੈਪਟ ਯੂ ਦੈਟ ਯੂ ਜਸਟ ਹੈਪਨ ਟੂ ਬੀ ਡਿਫਰੈਂਟ। ਇਸੇ ਤਰ੍ਹਾਂ ਹੀ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਿਊਮਨ ਰਿਲੇਸ਼ਨਸ਼ਿਪ ਆ, ਹਿਊਮਨ ਕੰਪੈਨੀਅਨਸ਼ਿਪ ਆ, ਉਹ ਜਿਹੜੀ ਕੰਪੈਨੀਅਨਸ਼ਿਪ ਆ ਉਹਨੂੰ ਉਹਦੀ ਉਹ ਨੀਡ ਨਹੀਂ ਮਹਿਸੂਸ ਹੁੰਦੀ। ਜਿਹੜੇ ਬਹੁਤ ਸਾਰੇ ਕਪਲ ਆ ਗੋਰਿਆਂ ਦੇ, ਉਹ ਬੱਚਾ ਹੀ ਨਹੀਂ ਪੈਦਾ ਕਰਦੇ, ਬੱਚਾ ਪੈਦਾ ਕਰਨਾ ਆਪਣੇ ਕਲਚਰ 'ਚ ਜ਼ਿਆਦਾ ਆ, ਐਕਸੈਪਟੇਬਲ ਨੋਰਮ ਆ, ਵੀ ਜੇ ਤੁਹਾਡਾ ਵਿਆਹ ਹੋਇਆ ਤਾਂ ਤੁਹਾਡੇ ਬੱਚੇ ਹੋਣਗੇ, ਕੁਦਰਤੀ ਨਾ ਹੋਣ ਉਹ ਇੱਕ ਵੱਖਰਾ ਵਿਸ਼ਾ, ਕੁਦਰਤੀ ਨਾ ਹੋਣ, ਪਰ ਵੈਸਟਰਨ ਸਿਵਲਾਈਜੇਸ਼ਨ ਦੇ ਵਿੱਚ ਤਾਂ ਇਹ ਡਿਸੀਜਨ ਕਰਦੇ ਆ ਹਸਬੈਂਡ ਐਂਡ ਵਾਈਫ ਕਿ ਅਸੀਂ ਬੱਚਾ ਕਰਨਾ ਕਿ ਨਹੀਂ ਕਰਨਾ, ਇਹ ਇੱਕ ਡਿਫਰੈਂਟ ਵਿਸ਼ਾ। ਹੁਣ ਜੇ ਆਪਾਂ ਉਹਨਾਂ ਨੂੰ ਪੁੱਛੇ ਵੀ ਤੁਸੀਂ ਵਿਆਹ ਕਾਹਦੇ ਕਰਾਇਆ, ਉਹ ਕਹਿਣਗੇ ਬਟ ਦੈਟ ਡਜ਼ਨਟ ਮੀਨ ਵੀ ਨੀਡ ਟੂ ਹੈਵ ਅ ਚਾਈਲਡ, ਵੀ ਕੈਨ ਡਿਸਾਈਡ ਵੈਦਰ ਵੀ ਵਾਂਟ ਟੂ ਹੈਵ ਅ ਚਾਈਲਡ ਆਰ ਨਾਟ। ਇਹੀ ਕੰਪਲੈਕਸਿਟੀ ਆ ਆਪਣੇ ਹਿਊਮਨ ਬੀਂਗ 'ਚ, ਬਿਕੋਜ਼ ਹਿਊਮਨ ਬੀਂਗਸ ਆਰ ਡਿਫਰੈਂਟ।
और जदों डिफरेंस आपां नूं समझ नहीं आती, कुछ इंसान आ जिहड़े बड़े हौली तरीके नाल समझण दी कोशिश करते आ, कुछ सिविलाइजेशन सोसाइटियां इंसान आ जिहड़े भावक हो जाते आ, मारन मारन तक पहुँच जाते आ, क्योंकि उन्हां तों लै नहीं हुंदी आ बॉक्स चों निकल गए ना, हुण उह कुड़ी आ बॉक्स 'च नहीं फिट हुंदी। वो हुण इधर खड़ी आ, वह कहती है भी मैं विआह नहीं कराना, मैं बेबी बचानी आ। वो कहें भी फलाने डॉक्टर को चले जा, वो तेनों आर्टिफिशियल इंसैमीनेट कर देंगे तो तेरे बेबी हो जूगा। वह बेबी हो जूगा, वो अनफॉर्चुनेटली वो कोई ऊणताइया रह गई होनी बेबी च, तो वह हूँ एंड दा पैता हॉस्पिटल। राइट नाउ हुण उहदी इंटरप्रिटेशन यह हो सकती है भी देखिया इन्हें हुण पंगा लिता नेचर नाल, हुण भुगते, दैट काइंड ऑफ ए थिंग। आ हुण अपना रीप्रोडक्शन आ, वैल्यूज एटीट्यूड्स एंड बिहेवियर्स रिलेटिंग टू रीप्रोडक्शन। राइट कॉन्ट्रासैप्टिव एंड फर्टिलिटी, रीप्रोडक्शन होंदा बेबी का होना, जाने बच्चे पैदा होने। सो हुण कॉन्ट्रासैप्शन ये तो बहुत नवी आ ना, जिहड़ियां कॉन्डम्स चले आ जां पिल्स चलियां जिहदे नाल जनानी प्रैगनेंट नहीं हुंदी, ये तो नवी आ ना, ये तो राइट। पर अक्सर तो बहुत हद तक तो यह जो कॉन्ट्रासैप्शन आ ये बड़ी लेटैसट मेरा ख्याल से चली 1940 के बाद आईया ये कॉन्ट्रासैप्शन वगैरह। पहला तो देसी फॉर्मूले होंगे सी, ज़्यादा जो जनानी ने प्रैगनेंट हो जाना अबॉर्शन करा लेनी, दाई को चले जाना। सो पहले पुराने जमाने तो यही सीगा। लाइफ स्टाइल थोड़ा कहोजा रीप्रोडक्शन के, वट काइंड ऑफ लाइफ स्टाइल डू यू हैव। सैक्शुअली ट्रांसमिटेड इलनेसिस इनकलूडिंग एड्स, राइट। सो उन्होंने हुण मतलब कि जनरली ये एक्सैप्टेबल नॉर्म आ, जे थोड़े बहुत ज़्यादा सैक्शुअल पार्टनरस होणगे चांसिस आर भी तुसीं बीमार होंगे, चांसिस आर, अगर तुसीं प्रोटैक्शन नहीं वरतदे तां। राइट सो दैट्स व्हाट इट। एनाटमी एनाटमी एंड फिजियोलॉजी, किस तरह की बनतर आ, किस तरह की थोड़ी फिजियोलॉजी आ, वह समझना एज ए रीप्रोडक्शन च। मोरैलिटी इशूज, थोड़े तुसी की फील करते हो, वट इज़ इट, तुसी मल्टीपल पार्टनर रखने आ, तुसी एक पार्टनर रखना, तुसी की करना, दैट ऑल डिपेंड्स अंडर रीप्रोडक्शन। राइट अंडर सैक्शुअलिटी दे विच आ जाता। सैक्शुअलाइजेशन यूज ऑफ सैक्शुअलिटी टू इनफ्लुएंस कंट्रोल आर मैनिपुलेट, स्टाइल ऑफ ड्रैस, किस तरह के कपड़े पाने हैं। सो ये जिहड़ी नॉर्थ अमेरिकन की सोसाइटी आ, पूरी सोसाइटी सैक्शुअलाइज्ड आ। कारा बेचनिया कुड़ी नूं खड़ा देंदे आ, बीयर की बोतल दे नाल कुड़ी आ। सो इहदा मतलब हाईली सैक्शुअलाइज करती इन्होंने सिविलाइजेशन, एज ए सिविलाइजेशन हाईली सैक्शुअलाइज्ड आ नॉर्थ अमेरिकन जिहड़ी सोसाइटी आ। राइट सो स्टाइल ऑफ ड्रैस, अपीयरेंस एंड बॉडी लैंग्वेज। नाउ इन्हां ने अपने जिहड़ी एक्सैप्टेबल वूमेन की बॉडी सीगी, जिन्ना भी मैं लिटरेचर पढ़िया पुराना, उहदे च भारा थोड़ी जी भारी जनानी नूं वधिया गिणिया जांदा सी, तंदुरुस्त जनानी मन्नी जांदी सी जे कोई भारी आ। वैस्टर्न सिविलाइजेशन कहिंदी आ भी जिन्ने पतले हो तुसीं उन्ने तुसीं बैटर हो। सो सारे नालों ज़्यादा बीमारियां 1940 तो बाद लगियां जदों नॉर्थ अमेरिकन सोसाइटी ने ब्यूटी डिफाइन करती। हुण जिहड़ी ब्यूटी डिफाइन कीती आ नॉर्थ अमेरिकन ने, वह ये आ कि वह अप्रोक्सीमेटली मेरे ख्याल से 60-70% वूमेन तो फिट नहीं होंदियां, क्योंकि उन्हां दा शरीर नैचुरली बच्चे तो बाद वड्डा होना नैचुरल आ। हुण वह फिट नहीं होंदियां उस ब्यूटी च, हुण की करनगियां एग्जैक्टली उहदे नाल कीड़ियां बीमारियां लगदियां, दो पता किसे नूं, डाइटिंग दे नाल दो वड्डियां बीमारियां जिहदे च जनानियां मरदियां, वो की आ, एक तो है ईटिंग डिसऑर्डरस, एनोरैक्सिया नरवोसा, एक बुलीमिया। बुलीमिया हुंदा जदों तुसी रोटी खा के उल्टी करते हो, एनोरैक्सिया जदों थोनू अपनी बॉडी फैट लगन लग जाती आ पर हुंदी नहीं ते तुसी भुख नाल ही मर जाने। ये दो बीमारियां ये वैसटर्न सिविलाइजेशन की देन आ, 1940 तो पहले हुंदियां नहीं सी। 1940 तो पहला सैकैट्रिक डायग्नोसिस दे विच है ही नहीं सी, देर वाज नो सच थिंग। तो हुण इह मैं कहना 10 साल की कुड़ी भी कहती आई एम टू फैट, उन्होंने भी लगता क्यों, क्योंकि बारबी डॉल्स देखती आ। सो
सो बारबी डॉल की जी फिगर आ ये भी जो फैमिनिस्ट आ उन्होंने बड़े व्डे व्डे आर्टिकल लिखे भी हाउ दैट फिगर इज़ अनअचीवेबल। तुसी कदे गौर नाल देखिया बारबी डॉल देखियो उहदी जिहड़ी फिगर आ वूमन की बॉडी मैच कर ही नहीं सकती उस फिगर नाल। एग्जैक्टली एग्जैक्टली जिन्ना पतला वह लक आना पतले नाल तो बेबी नहीं होना उहदे क्योंकि आखिर रब ने वो जिहड़ी चीज़ बनाई है। जे आपां मन्नदे आ जनरली आपां दुनियावी लैंग्वेज जे आपां गल करिए भी जे रब आ जे किसी ने बनाया आपां उहदे च नहीं पैंदे भी हैगा कि नहीं हैगा वो एक वक्रा विशा पर जनरली समझण वास्ते जे आपां कहने भी रब ने वो बनाई आ तां उहने उहने आखिर उहदी बॉडी कुछ इस तरह बनाई आ भी कल नूं बेबी भी होना तो जे आपां उहनूं एलीमीनेट कर दिए भी नहीं इहो जी बॉडी नहीं होनी चाहीदी तो कुड़ियां दे दिमाग च आ भी यार मेरी इत्थों आह मैं मोटी बहुत हाँ मैं इत्थों मोटी बहुत हाँ तो उह ट्राई करे पतला होण दी होना तो उहने है नहीं। Those are some of the problems we are having. Phir movies, talk shows and media ki kehnda harassment and sexual assault, paraphilias, voyeurism and extremism aa bimariyan. So aa sexualization aa apan nu pata vi media kivein influence karda. Apne vi Punjabi culture de vich oh jehde Punjabi gaane aa ohde vich oh kudiyan dance kardiyan te ohde te bada itraaz kita janda vi kehoje kapde paandiyan vi oh sometimes it's not possible. Right? Sometimes it's not possible. ओके सो आ तीन चीज़ा बहुत इंपॉर्टेंट आ इन्हों का तुम मतलब जो बच्चों समझा आ तीन चीज़ा समझाने वाली एक कमिटमेंट एक इंटीमेसी तो एक पैशन ये तीन चीज़ा समझाने वाली किमें भी आप थोड़े आप कर सकते हैं। इंटीमेसी हैगी द एक्सपीरियंस ऑफ वार्मथ टुवर्ड्स अनदर परसन वो निघ जिहड़ा एक इंसान दूसरे का माणदा वो जिहड़ा निघ हुंदा राइट that arises from feelings of closeness we are close ha assi bondedness ha saadi saade kuch closeness ha koi jod ha saada connectedness to the other e intimacy ha e hona chahida so jehdi western civilization ha oh main thonu thoda jeha hor mera khach ek do slide hor ha ohna ne aa kadta oh kehnde jadon marzi sex kar lo तुम क्लोजनैस होने की लड़े नहीं वन तुम इंग्लिश की टर्म नाइट सुनी होनी आ वन नाइट स्टैंड का बेसिकली मतलब आ भाई इको इको ही रात कट्ठी बितानी आप फिर तू अपने राह तो मैं अपने राह दैट्स वन नाइट स्टैंड है जी ओके। सैकेंड इज पैशन पैशन की है एन इंटेंस रोमांटिक और सैक्शुअल डिजायर फॉर अनदर परसन विच इज़ अकंपनीड बाई फिजिकल अराउजल ये पैशन आ ये भी बहुत आदि लोड़ ही नहीं कहते और ये भी नहीं लोड़ कमिटमेंट कमिटमेंट भी चाहिए आ कमिटमेंट आर डिसीजन एक कंपोनेंट ऑफ लव दैट इनवॉल्व बहुत शोर्ट एंड लोंग टर्म इशूज सो जे अपने कमिटमेंट भी नहीं गी इंटीमेसी भी नहीं गी कला पैशन आ एंड दैट्स वट इज वट दे हैव प्रमोटड तो जो मूविया देखते आप बच्चे बैठ के नहीं गल करते भी आ तीन चीज़ा जरूरी आ भी थोड़ी कोई कमिटमेंट हैगी थोड़ी कोई इंटीमेसी हैगी कि एवं सैक्स ही करना एंड दैट्स वेयर दे गो रोंग सो वी नीड टू सिट डाउन एंड हैव ए डिस्कशन। जिहड़ा नॉन लव आ प्यार नहीं गा उहदे चों तीनों चीज़ां मिसिंग होंदियां ऑल थ्री कंपोनेंट्स ऑफ लव आर एबसेंट मोस्ट ऑफ आवर परसनल रिलेशनशिप्स आर ऑफ दिस टाइप कैजुअल अक्वेंटेंसिस दैट डू नॉट इनवॉल्व एनी एलीमेंट्स ऑफ लव लाइकिंग लाइकिंग की आ आपां किसे नूं पसंद करते हैं राइट इंटीमेसी ओनली ए लविंग एक्सपीरियंस विद अनदर परसन आर फ्रेंडशिप इन विच इंटीमेसी इज़ प्रेजेंट बट पैशन एंड कमिटमेंट आर नॉट असी लाइक करते हैं लाइकिंग इज इक्वल टू इंटीमेसी ओनली सिर्फ पसंद करते हैं उहदे नाल लोंग टर्म रिलेशनशिप करना नहीं करना पैशन हैगा नहीं गा दैट्स जस्ट लाइकिंग राइट। इनफैचुएशन की आ पैशन ओनली पैशनेट ऑबसैसिव लव एट फर्स्ट साइट विदाउट इंटीमेसी और कमिटमेंट ओके एम्प्टी लव इज इक्वल टू कमिटमेंट ओनली डिसीजन टू लव ईच अदर विदाउट इंटीमेसी और पैशन includes stagnant relationships that no longer involve emotional intimacy or physical attraction ए अपने पंजाबी घर च बहुत होंगे
एम्प्टी आ सारा कुछ नहीं गी कमिटमेंट ही आ असी रहना कट्ठे क्यों प्यार तुसी नहीं करते जी थोड़ा नहीं करता उस बंदे नाल रहन नूं पर रही जाने एंड दैट्स वट हैपन इन आवर पंजाबी कल्चर रोमांटिक लव इज इक्वल टू इंटीमेसी एंड पैशन जिहड़ा रोमांटिक लव आ सो लवर्स फिजिकली एंड इमोशनली अट्रैक्टड ईच अदर बट विदाउट कमिटमेंट राइट कमिटमेंट नहीं गी इनकलूड्स ए समर रोमांस कंपेनियनेट लव इज इक्वल टू इंटीमेसी एंड कमिटमेंट लॉन्ग टर्म कमिटेड फ्रेंडशिप सच एज ए मैरिज इन विच पैशन हैज फेडड पैशन ही नहीं गा कट्ठे हो तुसी राइट और तीनों चीज़ा बहुत आ वह जो ट्राइंगल आ तीनों चीज़ा जरूरी आ राइट फैचुअस लव इज इक्वल टू पैशन एंड कमिटमेंट कमिटमेंट बेस्ड ऑन पैशन बट विदाउट द टाइम फॉर इंटीमेसी टू डिवेलप क्लोजनैस डिवेलप ही नहीं हुई इनकलूड्स ए वर्ल्ड विंड कोर्टशिप यदा मतलब स्पीड न एक दूजे इनवॉल्व होए स्पीड न ही खत्म हो गए कॉन्जूमेट लव की हुंदा द फुल और कंप्लीट मेजर ऑफ लव इनवॉल्विंग द कंबीनेशन ऑफ पैशन इंटीमेसी एंड कमिटमेंट स्लैश डिसीजन मैनी ऑफ अस ट्राइव टू अचीव दिस लव मेनटेनिंग दिस लव इज ईवन मोर डिफिकल्ट दैन अचीविंग इट मेनटेन करना ओवर ए लोंग पीरियड ऑफ टाइम जिथे तीनों चीज़ा हो बहुत डिफिकल्ट यदा मतलब थोड़ा कंटीन्यूअसली वर्क करना पैदा कंटीन्यूअसली राइट ओके सो दैट्स इट आ जी स्लाइड आ ये बच्चे दसनी बहुत जरूरी आ टीनेजर यह स्लाइड तो तुम उन्होंने सिखा सकते हो भी जिंदगी की आनूँ कमिटमेंट बारे दसो उन्होंने इंटीमेसी बारे दसो तो उन्होंने पैशन बारे दसो भी जे तुम इको नहीं पैशन ही देखिया फिर तुम सैक्स करके पासे होंगे कल वो चले जूगा फिर तुम रोओगे बैठ के क्योंकि तुम्हें पता ही नहीं गा भी कमिटमेंट भी होनी चाहिए सी इंटीमेसी भी होनी चाहिए सी जे तुसी कले इंटीमेसी हुई आ थोड़ी फिर ना पैशन आते ना कमिटमेंट आ फिर भी थोड़ा टुटिया ही टुटिया जे तुसी कली कमिटमेंट करी जाने पर ना इंटीमेसी आ ना पैशन आ फिर वह पंजाबियों वाला विआह भी असं कट्ठे रही जावे पर ना इंटीमेसी आ ना पैशन आ दिस इज़ द सिंगल मोस्ट स्लाइड दैट इज़ इंपॉर्टेंट अपनी लाइफ के भी तो बच्चों भी दसन के बारे सो दिस इज़ वट वी कैन सॉर्ट ऑफ नोट आखिर तीन सालों व्यौहता जीवन दे एडजस्ट कर लेंगे प्रॉब्लम उत्थे आती आ जदों किसी ना किसी कारण करके थोड़ा व्यौहता जीवन पहले ही दो तीन सालों के एडजस्ट नहीं होता किसी रीज़न करके जो पहले विआह वाले दिन ही लड़ाई हो जाती है उदों तुसी उस लड़ाई नूं कंट्रोल करोगे सांभोगे कि तुसी अपने सैक्स के बारे गलबात करोगे आ बहुत अपनी डिफिकल्टी आ क्योंकि मैं जिन जिन जिन्या भी आह व्यौतियां व्यौहता जीवन के बारे मैरिज काउंसलिंग कीतियां उहदे विच एक वड्डी प्रॉब्लम हैगी आ कि किसी ना किसी रूप के किसी ना किसी रूप के पहले दिन तो ही हसबेंड वाइफ के व्यौहता जीवन के कोई ना कोई इशू अटक गया वो अटक गया पैसे दे लैण देण तो वो अटक गया भी किसी ने किसी कुछ किया सीगा ते उन्हें उन्हों मिसअंडरसटैंड कर लिया जां ओह किसी ना किसी रूप दे विच इमीग्रेशन का कोई रोड़ा अटक गया कोई ना कोई ऐसी अड़चन पै गई जिन्हें व्यौहता जीवन वो खुशी दे माहौल दे विच प्रफुल्लत होने की बजाए वह सारा नैगेटिव शुरू हो गया उहदा मतलब कि वह मुड़ के मौका मिलिया ही नहीं कपल नूं कि वह मुश्किल तो भी असी टप के छाल मार के एक नॉर्मल लाइफ के आइए वो सारा रोड़ा जोड़ा मुश्किल से उसके ही वो डिगते रहे दोनों जने अड़क अड़क के रोड़ा जोड़ा इनिशियल जोड़ा वो रोड़ा से वो पहाड़ बन के कई बार खड़ जाता ओपन भी नहीं होता क्योंकि एज ए बिग प्रॉब्लम खड़ा थोड़े सामने एंड इट डजेंट अलाउ यू टू गैट ओवर इट और फिर बंदे कोले इन्ना कोई वह रह नहीं जाता इन्नी वोकैबलरी नहीं रह जाती इन्नी पेशेंस नहीं रह जाती कि उन्होंने किसी तरीके उस रोड़े हटा लवे
ਸੋ ਫਿਰ ਉਹ ਦੋ ਤਰ੍ਹਾਂ ਕੋਪ ਕਰਦਾ, ਉਹ ਜਿਹੜੀ ਓਰਿਜਨਲ ਪ੍ਰੋਬਲਮ ਸੀ ਉਹਨੂੰ ਹੁਣ ਉਹ ਦੋ ਤਰ੍ਹਾਂ ਕੋਪ ਕਰਦਾ, ਰਾਈਟ? ਕਿਵੇਂ ਕੋਪ ਕਰਦਾ ਉਹ? ਇੱਕ ਤਾਂ ਉਹ ਕੋਪ ਕਰਦਾ ਹੈਗਾ ਇਗਨੋਰ ਕਰਕੇ। ਉਸ ਇਗਨੋਰ ਦੇ ਵਿੱਚ ਐਡਿਕਸ਼ਨ ਬਹੁਤ ਜ਼ਿਆਦਾ ਸ਼ਾਮਿਲ ਆ। ਉਹਨੇ ਇਗਨੋਰ ਕਰਨੀ ਆ ਕਿਉਂਕਿ ਪ੍ਰੋਬਲਮ ਆ, ਰੋੜਾ ਬਣਿਆ ਹੋਇਆ, ਉਹਨੇ ਦਾਰੂ ਪੀਣ ਲੱਗ ਜਾਣਾ, ਨਸ਼ੇ 'ਤੇ ਲੱਗ ਜਾਣਾ, ਉਹਨੇ ਕੰਮ ਜ਼ਿਆਦਾ ਕਰਨਾ, ਘਰ ਘੱਟ ਆਉਣਾ, ਬਾਹਰ ਉਹਨੇ ਕੋਈ ਹੋਰ ਸ਼ੌਕ ਪਾਲ ਲੈਣੇ ਆ, ਉਸ ਹੋਰ ਸ਼ੌਕ ਦੇ ਵਿੱਚ ਕੋਈ ਹੋਰ ਜਨਾਨੀ ਵੀ ਰੱਖ ਲੱਗਦਾ। ਉਹਨੇ ਉਸ ਜਿਹੜਾ ਰੋੜਾ, ਜਿਹੜਾ ਆਹ ਰੋੜਾ ਅਟਕਿਆ ਹੋਇਆ, ਉਹਨੂੰ ਉਹ ਡੀਲ ਕਰਨ ਦਾ ਇਗਨੋਰ ਦੇ ਪੁਆਇੰਟ ਆਫ ਵਿਊ ਨਾਲ ਸੀਰੀਜ਼ ਆਫ ਪ੍ਰੋਬਲਮਾਂ, ਔਰ ਉਹ ਇੱਕ ਨਾ ਇੱਕ ਦਿਨ ਉਸ ਆਹ ਜਿਹੜੀ ਪ੍ਰੋਬਲਮ ਆ ਇਹਨੂੰ ਵੱਡਾ ਕਰਦੀਆਂ, ਆਹ ਉਸ ਓਰਿਜਨਲ ਪ੍ਰੋਬਲਮ ਨੂੰ ਆ ਵੱਡਾ ਕਰਦੀਆਂ। ਅਤੇ ਸੈਕੰਡ ਇਹ ਆ, ਇੱਕ ਤਾਂ ਆਹ ਉਹ ਸੀਰੀਜ਼ ਆਫ ਚੀਜ਼ਾਂ ਕਰਦਾ, ਦੂਸਰਾ ਜਿਹੜੇ ਆਹ ਕੋਪ ਆ, ਜਿਹੜੇ ਬਾਹਰਲੇ ਬੰਦੇ ਆ, ਜਿਹੜੇ ਅਦਰਸ ਆ, ਉਹ ਇਸ ਪ੍ਰੋਬਲਮ ਨੂੰ ਛੱਡਦੇ ਨਹੀਂ, ਉਹ ਛੱਡਣ ਦਿੰਦੇ ਨਹੀਂ, ਹੈਂਜੀ, ਹਾਂ, ਉਹ ਤੁਹਾਨੂੰ ਦੱਸਦੇ ਆ ਵੀ ਆਹ ਪ੍ਰੋਬਲਮ ਤੂੰ ਪਿੱਛੇ ਨਾ ਹਟੀ ਕਾਕਾ, ਉਧਰੋਂ ਜਨਾਨੀ ਨੂੰ ਕਹੀ ਜਾਂਦੇ ਵੀ ਕੁੜੀਏ ਤੂੰ ਹਟੀ ਨਾ, ਤੂੰ ਤੂੰ ਇਹ ਉਹ ਕਰ ਨਹੀਂ ਸਕਦਾ, ਇੱਥੇ ਕੈਨੇਡਾ 'ਚ ਸਵਾਲ ਨਹੀਂ ਪੈਦਾ ਹੁੰਦਾ ਵੀ ਉਹ ਐਂ ਕਰੂਗਾ, ਇੱਧਰੋਂ ਤੁਹਾਨੂੰ ਕਹੀ ਜਾਂਦੇ ਵੀ ਤੂੰ ਪਿੱਛੇ ਨਾ ਹਟੀ। ਉਹਨਾਂ ਦਾ ਉਹ ਜਿਹੜੇ ਦੂਸਰੇ ਆ ਉਹ ਆਪਣੇ ਕਲਚਰ ਦੇ ਵਿੱਚ ਇਸ ਪ੍ਰੋਬਲਮ ਨੂੰ ਹੱਲ ਕਰਨ ਦੇ ਵਿੱਚ ਹੈਲਪ ਨਹੀਂ ਕਰਦੇ, ਰੋੜਾ ਬਣਦੇ ਆ, ਉਹ ਵੱਡਾ ਕਰਦੇ ਆ ਇਹਨੂੰ, ਇਹਨੂੰ ਵੱਡਾ ਕਰ ਦਿੰਦੇ ਆ। ਇੱਕ ਤਾਂ ਤੁਸੀਂ ਦੁਖੀ ਹੋ ਕੇ ਤੁਸੀਂ ਆਪਣੇ ਕੁਛ ਡੀਲ ਕਰਨੇ ਆ, ਤੁਸੀਂ ਇਹ ਰੋੜੇ ਆ ਜਿਹੜਾ ਪੱਥਰ ਜਿਹਾ ਬਣਿਆ ਪਿਆ ਇਹਨੂੰ ਤੁਸੀਂ ਡੀਲ ਕਰਨਾ, ਇਹਦੇ 'ਚ ਤੁਹਾਡਾ ਗੁੱਸਾ ਵੀ ਆ ਜਾਂਦਾ, ਤੁਹਾਡੇ ਨਸ਼ੇ ਵੀ ਆ ਜਾਂਦੇ ਆ, ਤੁਹਾਡਾ ਕੰਮ ਵੀ ਆ ਜਾਂਦਾ, ਤੁਸੀਂ ਡਿਫਰੈਂਟ ਤਰੀਕੇ ਨਾਲ ਇਸ ਮੁਸ਼ਕਲ ਨੂੰ ਡੀਲ ਕਰਦੇ ਹਾਂ, ਡਿਫਰੈਂਟ ਤਰੀਕੇ ਨਾਲ। ਇਸੇ ਕਰਕੇ ਹੀ ਆਪਣੇ ਕਲਚਰ ਦੇ ਵਿੱਚ ਆਦਮੀ ਆਪਣੇ ਆਪ ਨੂੰ ਆਈਸੋਲੇਟ ਕਰਦਾ। ਆਦਮੀ ਤੁਸੀਂ ਦੇਖੋ ਕਿ ਆਪਾਂ ਕਦੇ ਵੀ ਵਿਆਹਤਾ ਜਿਹੜਾ ਤੁਸੀਂ ਬੈਂਕਟ ਹਾਲ 'ਚ ਚਲੇ ਜਾਓ ਜਿੱਥੇ ਵਿਆਹ ਹੁੰਦਾ, ਤੁਸੀਂ ਗੌਰ ਨਾਲ ਨਿਗਾਹ ਮਾਰੋ, ਤੁਹਾਨੂੰ ਚੰਦ ਕੁ ਬੰਦੇ ਆਪਣੀ ਵਾਈਫ ਦੇ ਨਾਲ ਟੇਬਲ 'ਤੇ ਬੈਠੇ ਮਿਲਣਗੇ, ਬਾਕੀ ਸਾਰੇ ਬੰਦੇ ਛੱਡ ਕੇ ਪਾਸੇ ਹੋ ਜਾਂਦੇ ਆ, ਕਿਤੇ ਹੋਰ ਚਲੇ ਜਾਣਗੇ, ਜਾਂ ਉਹ ਉਸ ਬਾਰ ਦੇ ਲਾਗੇ ਛਾਗੇ ਹੋਣਗੇ, ਜਾਂ ਉਹ ਬਾਹਰ ਖੜ੍ਹ ਜਾਣਗੇ ਚਾਰ ਪੰਜ, ਕੋਈ ਜ਼ਰੂਰੀ ਨਹੀਂ ਵੀ ਸਾਰੇ ਪੀਂਦੇ ਹੀ ਆ, ਕਈ ਨਹੀਂ ਵੀ ਪੀਂਦੇ, ਉਹ ਫਿਰ ਬਾਹਰ ਚਲੇ ਜਾਂਦੇ ਆ ਭੀੜ ਭੜੱਕੇ 'ਚੋਂ, ਲੇਕਿਨ ਉਹ ਆਪਣੇ ਆਪ ਨੂੰ ਆਈਸੋਲੇਟ ਕਰਦੇ ਆ, ਉਹਨਾਂ ਦੀ ਉਸ ਪਰਿਵਾਰ ਦੇ ਵਿੱਚ ਸਾਂਝ ਨਹੀਂ ਰਹਿ ਜਾਂਦੀ, ਉਹ ਡਰਦੇ ਆ। ਸੋ ਜਿਹੜਾ ਫੀਅਰ ਆ ਇਸ ਪ੍ਰੋਬਲਮ ਦਾ, ਜਿਹੜਾ ਫੀਅਰ ਆ ਆਦਮੀਆਂ ਨੂੰ ਬਹੁਤ ਜ਼ਿਆਦਾ ਤੰਗ ਕਰਦਾ, ਉਹ ਡਰਦੇ ਆ ਵੀ ਅਸੀਂ ਕਿਤੇ ਕਲੇਸ਼ ਪਾ ਕੇ ਪਰਿਵਾਰ ਨਾ ਤੋੜ ਬੈਠੀਏ। ਉਹ ਡਰ ਜਿਹੜਾ ਉਹ ਇੰਨਾ ਜ਼ਿਆਦਾ ਭਾਵਕ ਹੋ ਜਾਂਦਾ ਆਦਮੀਆਂ ਦੇ ਵਿੱਚ ਕਿ ਉਹ ਕੁਛ ਵੀ ਉਸ ਇਸ ਪੱਥਰ ਨੂੰ ਜਿਹੜਾ ਬਣ ਚੁੱਕਿਆ ਇਹਨੂੰ ਉਹ ਪਰਾਂ ਕਰਨ ਦੇ ਵਿੱਚ ਕੁਛ ਨਹੀਂ ਉਹ ਕਰਨ ਦਿੰਦਾ ਉਹਨਾਂ ਨੂੰ, ਉਹ ਡਰੇ ਹੀ ਇੰਨਾ ਹੋਏ ਆ, ਉਹ ਆਪਣੇ ਆਪ ਨੂੰ ਉਹ ਇਹ ਚਾਹੁੰਦੇ ਆ ਵੀ ਕੁਛ ਨਾ ਹੋਵੇ, ਗੱਲ ਹੀ ਨਾ ਕਰੋ ਤੁਸੀਂ ਮੇਰੇ ਨਾਲ, ਉਹ ਇਗਨੋਰ ਹੀ ਕਰਨ ਲੱਗ ਜਾਂਦੇ ਆ, ਉਹ ਇੰਨਾ ਜ਼ਿਆਦਾ ਡਰ ਜਾਂਦੇ ਆਪਣੀ ਜ਼ਿੰਦਗੀ ਦੇ ਵਿੱਚ ਕਿ ਉਹ ਕਹਿੰਦੇ ਆ ਵੀ ਤੂੰ ਜਿਵੇਂ ਕਰਨਾ ਯਾਰ ਤੂੰ ਕਰੀ ਚੱਲ, ਆਹ ਚੱਕ ਪੈਸੇ ਅਤੇ ਮੈਨੂੰ ਤੂੰ ਬਸ ਕੰਮ ਕਰ ਲੈਣ ਦੇ, ਆਹ ਚੱਕ ਪੈਸੇ ਅਤੇ ਤੂੰ ਮੈਂ ਮੋਰਗੇਜ ਪੇ ਕਰੀ ਜਾਂਦਾ, ਘਰ ਕਰੀ ਜਾਂਦਾ, ਤੂੰ ਹੁਣ ਜਿਵੇਂ ਕਰਨਾ ਕਰ ਲਾ, ਤੂੰ ਹੁਣ ਮੈਨੂੰ ਕੁਛ ਵੀ ਨਾ ਕਰ, ਉਹ ਇੱਥੋਂ ਤੱਕ ਡਰ ਦੇ ਮਾਰੇ ਗਿਵ ਅਪ ਕਰਕੇ ਵਿਚਾਰੇ ਬਹਿ ਜਾਂਦੇ ਆ। ਪਰ ਪ੍ਰੋਬਲਮ ਉਹ ਓਰਿਜਨਲ ਪ੍ਰੋਬਲਮ ਜਿਹੜੀ ਉਹ ਪ੍ਰੋਬਲਮ ਨੇ ਜਨਮ ਦਿੱਤਾ ਉਹ ਮਰਦੇ ਦਮ ਤੱਕ ਖੜ੍ਹੀ ਰਹਿੰਦੀ ਆ, ਕਿਉਂਕਿ ਅਸੀਂ ਸੋਲਵ ਨਹੀਂ ਕਰਦੇ, ਨਾ ਹੀ ਸਾਨੂੰ ਆਹ ਵਾਲੇ ਬੰਦੇ, ਉਹ ਤੁਹਾਡੇ ਰਿਸ਼ਤੇਦਾਰ ਵੀ ਹੋ ਸਕਦੇ ਆ, ਤੁਹਾਡੇ ਮਾਂ ਪਿਓ ਵੀ ਹੋ ਸਕਦੇ ਆ, ਭੈਣ ਭਰਾ ਵੀ ਹੋ ਸਕਦੇ ਆ, ਉਹ ਕੋਈ ਵੀ ਹੋ ਸਕਦਾ ਤੁਹਾਡੇ ਇਰਦ ਗਿਰਦ, ਉਹ ਤੁਹਾਨੂੰ ਸੋਲਵ ਕਰਨ ਨਹੀਂ ਦਿੰਦਾ, ਤੁਹਾਨੂੰ ਉਹ ਮੌਕਾ ਦਿੰਦੇ ਨਹੀਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਪਹਿਲੀ ਵਾਰੀ ਅਸੈਸਮੈਂਟ ਕਰਕੇ ਤੁਸੀਂ ਦੇਖੋ ਵੀ ਤੁਸੀਂ ਕਿਸ ਤਰੀਕੇ ਨਾਲ ਸੋਲਵ ਕਰਨੀ ਆ। ਸੋ ਹੁਣ ਜਦੋਂ ਇੱਥੇ ਹੋ ਜਾਂਦਾ ਤਾਂ ਉੱਥੇ ਸੈਕਸ਼ੂਅਲ ਤੁਸੀਂ ਕੀ ਰਿਲੇਸ਼ਨਸ਼ਿਪ ਵਾਈਫ ਨਾਲ ਰੱਖੋਗੇ, ਜੇ ਤੁਸੀਂ ਵਾਈਫ ਤੋਂ ਡਰੀ ਜਾਂਦੇ ਹੋ ਕੀ ਸੈਕਸ਼ੂਅਲ ਰਿਲੇਸ਼ਨਸ਼ਿਪ ਹੋਊਗਾ ਵੀ ਤੁਹਾਡੀ ਵਾਈਫ ਦੇ ਨਾਲ, ਜੇ ਤੁਹਾਨੂੰ ਡਰ ਪਿਆ ਹੋਇਆ ਇਸ ਪੱਥਰ ਦਾ, ਕੀ ਰਿਲੇਸ਼ਨਸ਼ਿਪ ਉਸ ਵਾਈਫ ਨਾਲ ਤੁਸੀਂ ਕਰ ਲਓਗੇ, ਕਲੋਜ਼ਨੈਸ ਬਣਨੀ ਨਹੀਂ ਤੁਹਾਡੀ। ਹਾਂ ਇਹ ਆ ਕਿ ਦੁਨਿਆਵੀ ਜ਼ਿੰਦਗੀ ਦੇ ਲਈ ਤੁਸੀਂ ਜਦੋਂ ਤੁਸੀਂ ਬਹੁਤ ਜ਼ਿਆਦਾ ਫਰਸਟ੍ਰੇਟ ਹੋਵੋਗੇ ਤੁਸੀਂ ਸੈਕਸ ਕਰਕੇ ਪਾਸੇ ਹੋ ਜਾਓਗੇ, ਪਰ ਉਹ ਕੋਈ ਉਹ ਵਾਲੀ ਸੈਕਸ ਨਾ ਹੋਈ ਜਿਹੜੀ ਆਪਾਂ ਉਹ ਟ੍ਰਾਇੰਗਲ ਵਾਲੀ ਬਣਾਈ ਸੀ, ਸੈਕਸ ਤਾਂ ਕਰ ਲਈ ਤੁਸੀਂ ਪਰ ਉਹਦੇ 'ਚ ਕੋਈ ਕਲੋਜ਼ਨੈਸ ਨਾ ਹੋਈ।
ਹਾਂਜੀ ਪੋਲੂਸ਼ਨ ਕੀ ਆ ਗਾੜਾ ਪੱਤਰ ਉਹ ਜਿਹੜੇ ਸੋ ਜਿਹੜੇ ਪ੍ਰੋਬਲਮ ਆ ਪਹਿਲਾ ਸੋਲੂਸ਼ਨ ਹੈਗਾ ਕਿ ਜਿਹੜੇ ਅਦਰਸ ਆ ਨਾ ਉਹਨਾਂ ਨੂੰ ਤੁਸੀਂ ਟੈਂਪਰੇਰੀਲੀ ਉਹਨਾਂ ਨੂੰ ਪਾਸੇ ਕਰੋ ਟੈਂਪਰੇਰੀਲੀ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਉਹਨਾਂ ਨਾਲ ਬੋਲਣਾ ਬੰਦ ਕਰ ਦਿਓ ਜਾਂ ਉਹਨਾਂ ਨੂੰ ਪਾਸੇ ਕਰ ਦਿਓ ਕੁਛ ਉਹਨਾਂ ਨਾਲ ਟੈਂਪਰੇਰੀਲੀ ਉਹਨਾਂ ਨੂੰ ਤੁਸੀਂ ਇੱਕ ਕਿਸਮ ਦੀ ਇੱਥੇ ਖੜ੍ਹੇ ਕਰ ਦਿਓ ਇਸ ਜਗ੍ਹਾ 'ਤੇ ਉਹਨਾਂ ਨੂੰ ਕਹੋ ਤੁਸੀਂ ਇੱਥੇ ਰਹੋ ਕਿਸੇ ਨੂੰ ਕੁਛ ਨਾ ਕਰੋ ਉਹਨਾਂ ਉਹ ਪੁੱਛਣਗੇ ਵੀ ਹਾਂ ਵੀ ਕਿਵੇਂ ਆ ਹੁਣ ਤੇਰੀ ਜਨਾਨੀ ਕਿਵੇਂ ਆ ਹੁਣ ਤਾਂ ਨਹੀਂ ਲੜਦੀ ਉਹਨੂੰ ਕਹੋ ਜੀ ਬਿਲਕੁਲ ਠੀਕ ਠਾਕ ਆ ਉਹ ਫਿਰ ਤੁਹਾਨੂੰ ਹੋਰ ਪੁੱਛਣਗੇ ਵੀ ਕਿਉਂਕਿ ਹੁਣ ਉਹਨੂੰ ਆਨਸਰ ਨਹੀਂ ਮਿਲਿਆ ਉਹ ਜਿਹੜਾ ਕੁਛ ਸੁਣਨਾ ਚਾਹੁੰਦਾ ਸੀ ਉਹ ਤਾਂ ਮਿਲਿਆ ਨਹੀਂ ਤੁਸੀਂ ਕਹੋ ਜੀ ਬਿਲਕੁਲ ਰੱਬ ਦੀ ਕੁਛ ਪਾ ਸਭ ਠੀਕ ਠਾਕ ਆ ਥੈਂਕ ਯੂ ਜੀ ਬਹੁਤ ਬਹੁਤ ਅੱਛਾ ਫਿਰ ਮਿਲਾਂਗੇ ਕਰਕੇ ਤੁਸੀਂ ਨਿਕਲਣ ਦੀ ਕਰੋ ਤੁਸੀਂ ਆਪਣੇ ਘਰ ਦੀ ਗੱਲ ਨਹੀਂ ਕਿਸੇ ਨੂੰ ਦੱਸਣੀ ਮੇਰਾ ਇਹ ਜੇ ਮੈਨੂੰ ਕੋਈ ਪੁੱਛੇ ਵੀ ਮਰਨ ਤੋਂ ਪਹਿਲਾਂ ਤੂੰ ਕੀ ਸਿੱਖਿਆ ਦੇ ਕੇ ਜਾਏਗਾ ਕਿਸੇ ਨੂੰ ਮੈਂ ਕਹੂੰਗਾ ਆਪਣੇ ਘਰ ਦੀ ਗੱਲ ਕਿਸੇ ਨੂੰ ਨਾ ਦੱਸੋ ਐਕਸੈਪਟ ਪ੍ਰੋਫੈਸ਼ਨਲ ਕਿਸੇ ਨੂੰ ਨਾ ਦੱਸੋ ਤੁਸੀਂ ਐਕਸੈਪਟ ਏ ਪ੍ਰੋਫੈਸ਼ਨਲ ਤੁਸੀਂ ਕਿਸੇ ਨੂੰ ਵੀ ਦੱਸੋਗੇ ਉਹਦਾ ਬਾਇਸ ਆ ਜੇ ਤਾਂ ਕੁੜੀ ਵਾਲੀ ਤੁਹਾਡੀ ਵਾਈਫ ਦੀ ਸਾਈਡ ਦਾ ਉਹ ਕਹੂਗਾ ਸਾਲਾ ਝੂਠ ਬੋਲਦਾ ਜੇ ਉਹ ਤੁਹਾਡੀ ਸਾਈਡ ਦਾ ਉਹ ਕਹੂਗਾ ਥੱਲੇ ਲਾ ਦੇ ਇਹਨੂੰ ਇਹ ਕਨੇਡਾ ਡਰੀ ਨਾ ਤੂੰ ਇਹਦੇ ਤੋਂ ਆਪਾਂ ਇੰਡੀਆ ਜਾ ਕੇ ਇੱਕ ਹੋਰ ਵਿਆਹ ਲਾਂਗੇ ਪਰ ਇਹ ਨਾ ਹੋਵੇ ਤੂੰ ਥੱਲੇ ਲੱਗ ਜੀ ਫਿਰ ਵੀ ਤੁਹਾਡਾ ਘਰ ਟੁੱਟਿਆ ਉਧਰਲੋਂ ਵੀ ਘਰ ਟੁੱਟਿਆ ਇਧਰੋਂ ਵੀ ਘਰ ਟੁੱਟਿਆ ਉਹਨਾਂ ਨੂੰ ਕਹੋ ਵੀ ਥੈਂਕ ਯੂ ਵੈਰੀ ਮੱਚ ਮੈਂ ਬਿਲਕੁਲ ਠੀਕ ਹਾਂ ਮੈਨੂੰ ਪਹਿਲਾਂ ਰਾਏ ਲੈਣ ਦਿਓ ਇੱਕ ਤਾਂ ਪਹਿਲਾਂ ਤਾਂ ਆ ਅਦਰਸ ਨੂੰ ਥੋੜ੍ਹਾ ਜਿਹਾ ਉਹਦੀ ਸਾਈਡ ਵਾਲੀ ਉਹ ਆਪਣੀ ਸਾਈਡ ਨੂੰ ਕਹੇ ਚੁੱਪ ਤੁਸੀਂ ਆਪਣੀ ਸਾਈਡ ਨੂੰ ਕਹੋ ਵੀ ਚੁੱਪ ਹੁਣ ਤੁਸੀਂ ਦੋਨੋਂ ਜਣੇ ਰਹਿ ਗਏ ਹੁਣ ਤੁਸੀਂ ਕਰੋ ਅਸੈਸਮੈਂਟ ਇਹਦੇ ਵਾਸਤੇ ਤੁਹਾਡਾ ਆਈਨਸਟਾਈਨ ਕਹਿੰਦਾ ਜਿਹੜੇ ਦਿਮਾਗ ਨੇ ਪ੍ਰੋਬਲਮ ਨੂੰ ਜਨਮ ਦਿੱਤਾ ਉਹ ਦਿਮਾਗ ਸੋਲਵ ਨਹੀਂ ਕਰ ਸਕਦਾ ਸੋ ਆਹ ਹਸਬੈਂਡ ਦਾ ਦਿਮਾਗ ਆ ਆਹ ਵਾਈਫ ਦਾ ਦਿਮਾਗ ਆ ਇਹਨਾਂ ਨੇ ਪ੍ਰੋਬਲਮ ਨੂੰ ਜਨਮ ਦਿੱਤਾ ਹੁਣ ਇਹਨਾਂ ਇਸੇ ਦਿਮਾਗ ਨੇ ਸੋਲਿਊਸ਼ਨ ਨਹੀਂ ਲੱਭ ਸਕਣਾ ਇੱਕ ਥਰਡ ਬੰਦਾ ਚਾਹੀਦਾ ਜਿਹੜਾ ਪ੍ਰੋਫੈਸ਼ਨਲ ਆ ਜਿਹਨੂੰ ਨੌਲੇਜ ਆ ਆਹ ਤਿੰਨੋਂ ਮਿਲ ਕੇ ਤਾਂ ਇਹਦਾ ਸੋਲਿਊਸ਼ਨ ਲੱਭਣਗੇ ਉਹਦਾ ਕੋਈ ਲੈਣਾ ਨਹੀਂ ਉਹਨੇ ਉਹਦਾ ਵਾਈਫ ਨਾਲ ਕੋਈ ਲੈਣਾ ਦੇਣਾ ਨਹੀਂ ਉਹਦਾ ਹਸਬੈਂਡ ਨਾਲ ਕੋਈ ਲੈਣਾ ਦੇਣਾ ਨਹੀਂ ਵੀ ਹੈਵ ਨਥਿੰਗ ਟੂ ਡੂ ਵਿਦ ਅਸੀਂ ਤਾਂ ਇਹਦੀ ਅਸੈਸਮੈਂਟ ਕਰਨੀ ਆ ਵੀ ਤੁਸੀਂ ਆਹ ਕੀ ਕਰੀ ਕੀ ਜਾਂਦੇ ਹੋ ਔਰ ਜਿਹੜੀ ਆਮ ਤੌਰ 'ਤੇ ਜਿਹੜੀ ਪ੍ਰੋਬਲਮ ਹੁੰਦੀ ਆ ਉਹਦੇ ਵਿੱਚ ਦੋਨੋਂ ਪਾਰਟੀਆਂ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੱਥ ਹੁੰਦਾ ਕਿਸੇ ਦਾ 60 ਹੋਊਗਾ ਕਿਸੇ ਦਾ 40 ਹੋਊਗਾ 70-30 ਹੋਊਗਾ 50-50 ਹੋਊਗਾ ਪਰ ਇਸ ਤਰ੍ਹਾਂ ਦਾ ਨਹੀਂ ਹੁੰਦਾ ਵੀ ਇੱਕ ਬੰਦਾ ਦਾ 99.9% ਹੋਵੇ ਜਾਂ ਆਪਣੇ ਪੂਰੇ 100% ਹੋਵੇ ਇਸ ਤਰ੍ਹਾਂ ਦਾ ਨਹੀਂ ਹੁੰਦਾ ਦੂਸਰੇ ਬੰਦੇ ਦੀ ਵੀ ਕੁਛ ਕੰਟਰੀਬਿਊਸ਼ਨ ਹੁੰਦੀ ਆ ਕਿਉਂਕਿ ਅਸੀਂ ਭਾਵੁਕ ਹੋ ਜਾਂਦੇ ਹਾਂ ਡਿਸਕਸ਼ਨ ਕਰਨ ਲੱਗੇ ਉਦੋਂ ਅਸੀਂ ਅਗਲੇ ਬੰਦੇ ਦੀ ਗੱਲ ਹੀ ਨਹੀਂ ਸੁਣਨ ਨੂੰ ਤਿਆਰ ਅਸੀਂ ਕਹਿੰਦੇ ਤੂੰ ਗਲਤ ਆ ਤੂੰ ਪਹਿਲਾਂ ਆਪਣੀ ਸ਼ਰਾਬ ਛੱਡ ਫਿਰ ਗੱਲ ਕਰੀ ਮੇਰੇ ਨਾਲ ਅਸੀਂ ਸੁਣਦੇ ਹੀ ਨਹੀਂ ਗਏ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਜੇ ਉਹ ਨਸ਼ਾ ਛੱਡ ਵੀ ਦੇਵੇ ਤਾਂ ਵੀ ਓਰੀਜਨਲ ਪ੍ਰੋਬਲਮ ਸੋਲਵ ਨਹੀਂ ਹੋਊਗੀ ਕਈ ਵਾਰੀ ਸ਼ਰਾਬ ਇਜ਼ ਨਾਟ ਦਾ ਬਿਗਰ ਪੁਆਇੰਟ ਇਹ ਹੈਗਾ ਵੀ ਸ਼ਰਾਬ ਨਾਲ ਤਾਂ ਪ੍ਰੋਬਲਮ ਵੱਧ ਸਕਦੀ ਆ ਗਰੰਟੀਡ ਪਰ ਇਹ ਕੋਈ ਗਰੰਟੀ ਨਹੀਂ ਗੀ ਵੀ ਜੇ ਤੁਸੀਂ ਸ਼ਰਾਬ ਛੱਡਤੀ ਤਾਂ ਤੁਹਾਡੀਆਂ ਪ੍ਰੋਬਲਮਾਂ ਖਤਮ ਹੋ ਜਾਣਗੀਆਂ ਇਹ ਕੋਈ ਜ਼ਰੂਰੀ ਨਹੀਂ ਗਾ ਇਹ ਉਹ ਇਸ ਕਰਕੇ ਆ ਕਿਉਂਕਿ ਜਿਹੜਾ ਦਿਮਾਗ ਆ ਕੋਈ ਬੰਦਾ ਮੈਥ ਦੇ ਵਿੱਚ ਬਹੁਤ ਵਧੀਆ ਹੁੰਦਾ ਲੇਕਿਨ ਉਹਨੂੰ ਅੰਗਰੇਜ਼ੀ ਨਹੀਂ ਆਉਂਦੀ ਕੋਈ ਬੰਦਾ ਅੰਗਰੇਜ਼ੀ 'ਚ ਬਹੁਤ ਵਧੀਆ ਅਤੇ ਉਹਨੂੰ ਸੋਸ਼ੀਓਲੋਜੀ ਨਹੀਂ ਆਉਂਦੀ ਕੋਈ ਬੰਦੇ ਨੂੰ ਸੋਸ਼ੀਓਲੋਜੀ ਆਉਂਦੀ ਆ ਤਾਂ ਉਹਨੂੰ ਐਸਟਰੋਨੋਮੀ ਨਹੀਂ ਆਉਂਦੀ ਦੇਰ ਇਜ਼ ਸੱਚ ਏ ਥਿੰਗ ਐਜ਼ ਲਾਈਕਿੰਗ ਪਰਸਨਲ ਲਾਈਕਿੰਗ ਜੇ ਤੁਹਾਡੀ ਪਰਸਨਲੀ ਲਾਈਕਿੰਗ ਕੁਛ ਆ ਪਰਸਨਲ ਲਾਈਕਿੰਗ 'ਤੇ ਡਿਪੈਂਡ ਕਰਦਾ ਕਿਉਂਕਿ ਅਸੀਂ ਬਹੁਤ ਸਾਰੇ ਮਨੁੱਖ ਆਪਾਂ ਪਰਸਨਲ ਲਾਈਕਿੰਗ ਦੇ ਬਣੇ ਹੋਏ ਹਾਂ ਫਿਰ ਆਉਂਦੀ ਹੈਗੀ ਆ ਸਬਕੌਨਸ਼ੀਅਸ ਉਹ ਹੁੰਦੀ ਆ ਜਿਹੜੀ ਤੁਹਾਡੀ ਅਚਨਚੇਤ 'ਚ ਆ ਜਿਹੜੀ ਤੁਹਾਡੀ ਉੱਤੇ ਨਹੀਂ ਆਈ ਲੇਕਿਨ ਅੰਦਰ ਸਰਫਸ ਦੇ ਆ ਜੇ ਮੈਂ ਤੁਹਾਨੂੰ ਬਹੁਤ ਜ਼ਿਆਦਾ ਹੇਟ ਕਰਦਾ ਲੇਕਿਨ ਤੁਸੀਂ ਮੇਰੇ ਨਾਲ ਤਗੜੇ ਹੋ ਪਾਵਰਫੁੱਲ ਹੋ ਕਨੈਕਸ਼ਨ ਆ ਮੈਨੂੰ ਪਤਾ ਵੀ ਮਤਲਬ ਕਿ ਤੁਸੀਂ ਮੇਰਾ ਨੁਕਸਾਨ ਪਹੁੰਚਾ ਸਕਦੇ ਹੋ ਹੁਣ ਮੈਂ ਦਾਰੂ ਪੀ ਲਈ ਹੁਣ ਮੇਰੀਆਂ ਇਨਹਿਬਿਸ਼ਨਸ ਖਤਮ ਹੋ ਗਈਆਂ ਉਹ ਨਿਰਣੈ ਕਰਨ ਦੀ ਸ਼ਕਤੀ ਖਤਮ ਹੋ ਗਈ ਜਿਹਦੇ ਨਾਲ ਕਿ ਮੈਂ ਤੁਹਾਡਾ ਐਨਾਲਿਸਿਸ ਕੀਤਾ ਵੀ ਤੁਸੀਂ ਤਾਕਤਵਰ ਹੋ ਮੇਰੇ ਨਾਲ ਉਹ ਪਾਵਰਫੁੱਲ ਹੋ ਤੁਹਾਡੇ ਕਨੈਕਸ਼ਨ ਬਹੁਤ ਆ ਤੁਸੀਂ ਮੈਨੂੰ ਨੁਕਸਾਨ ਪਹੁੰਚਾ ਸਕਦੇ ਹੋ ਹੁਣ ਮੈਂ ਦਾਰੂ ਪੀ ਕੇ ਉਹ ਜਿਹੜੇ ਮੇਰੀ ਉਹ ਸੈਂਸ ਸੀ ਉਹ ਮੇਰੀ ਟੁੱਟ ਗਈ ਹੁਣ ਮੈਂ ਤੁਹਾਨੂੰ ਕਾਣਾ ਨਿਕਲ ਬਾਹਰ ਹੋਏ ਉਹ ਜਿਹੜਾ ਪਾਲਟ ਆ ਸਾਡਾ
अंदरला जिहड़ा मैं हेट करी बैठा वह उभर के तां आ जांदा पी के। कईआं बंदिआं दा कईआं बंदे बंदिआं दी लाइकिंग हुंदी आ भी मैं चुप करके सारा कुछ भुला के आराम नाल पै जां। वह जो ज्यों ज्यों पी जांदे आ त्यों त्यों शांत हो के डिगी जांदे आ, ऐन आराम नाल जाके वह पै जांदे आ। कई बंदे उन्हां दीआं जिहड़ी जिहड़ी सबकॉन्शियस आ ਉਹ ਲੋਕਾਂ ਦੇ ਵਿੱਚ ਲੋਕਪ੍ਰਿਯ ਹੋਣਾ ਚਾਹੁੰਦੇ ਆ। ਲੋਕਪ੍ਰਿਯ ਹੁੰਦੀ ਆ ਵੀ ਮੈਂ ਐਕਸੈਪਟੇਬਲ ਹੋਵਾਂ। ਉਹਨਾਂ ਨੂੰ ਇਹ ਹੀਣ ਭਾਵਨਾ ਹੁੰਦੀ ਆ ਕਿ ਮੈਂ ਐਕਸੈਪਟੇਬਲ ਨਹੀਂ ਗਾ। ਉਹ ਜਿਹੜੇ ਬੰਦੇ ਆ ਜਿਉਂ ਜਿਉਂ ਦਾਰੂ ਪੀਣਗੇ ਉਹ ਮਜ਼ਾਕ ਬਹੁਤ ਕਰਨਗੇ, ਉਹਨਾਂ ਨੂੰ ਸ਼ਾਇਰੀ ਬੜੀ ਆਊਗੀ। ਜਦੋਂ ਉਹਨਾਂ ਦੇ ਦੋ ਕੁ ਪੈਗ ਲੱਗ ਜਾਂਦੇ ਆ ਫਿਰ ਉਹ ਗਾਲਿਬ ਸਮਝਦੇ ਆਪਣੇ ਆਪ ਨੂੰ। ਫਿਰ ਪੁੱਛੋ ਨਾ ਕਿੱਥੋਂ ਕਿੱਥੋਂ ਕੱਢ ਕੇ ਲਿਆਉਣਗੇ ਸ਼ੇਰ ਅਤੇ ਜੋਕ ਅਤੇ ਮਜ਼ਾਕ। ਅਤੇ ਜੇ ਤੁਸੀਂ ਪਾਰਟੀ ਬੰਨਣੀ ਆ ਤਾਂ ਉਸ ਬੰਦੇ ਨੂੰ ਤੁਹਾਨੂੰ ਲਿਆਉਣਾ ਪਊਗਾ, ਉਹ ਫਿਰ ਪਾਰਟੀ ਬੰਨ ਦਿੰਦਾ। ਲੇਕਿਨ ਉਹ ਬੰਨਦਾ ਉਦੋਂ ਆ ਜਦੋਂ ਉਹਦੇ ਪੈਗ ਲੱਗੇ ਹੋਣ। ਊਂ ਨਹੀਂ ਉਹਨੇ ਬੋਲਣਾ, ਊਂ ਚੁੱਪ ਕਰਕੇ ਬੈਠਾ ਏ, ਬਸ ਉਹਦੇ ਲੱਗ ਜਾਣ ਤਿੰਨ ਕੁ ਪੈਗ, ਫਿਰ ਦੇਖੋ ਉਹ ਕੀ ਕਰਦਾ। ਇਹਦਾ ਮਤਲਬ ਉਹ ਡੀਪਲੀ ਆਪਣੇ ਆਪ ਦੀ ਐਕਸੈਪਟੈਂਸ ਕਰਾਉਣਾ ਚਾਹੁੰਦਾ ਪਰ ਉਹਦੇ 'ਚ ਹਿੰਮਤ ਹੈ ਨਹੀਂ। ਕਿ ਹਿੰਮਤ ਕਦੋਂ ਪੈਂਦੀ ਆ? ਪੀ ਕੇ। ਸੋ ਹਰ ਇੱਕ ਬੰਦੇ ਦੀਆਂ ਸਲਟਨ ਕਮਜ਼ੋਰੀਆਂ ਅਤੇ ਜਿਹੜੀ ਉਹ ਸ਼ਰਾਬ ਆ ਉਸ ਕਮਜ਼ੋਰੀ ਨੂੰ ਪ੍ਰਫੁੱਲਤ ਕਰਦੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਕੋਈ ਬੰਦਾ ਗੁੱਸੇ ਹੋ ਕੇ ਆਪਣੇ ਐਂਗਰ ਦਿਖਾਉਂਦਾ ਕਿਉਂਕਿ ਊਂ ਨਹੀਂ ਉਹ ਕੱਢ ਸਕਦਾ ਆਪਣਾ ਗੁੱਸਾ। ਉਹ ਕਹਿੰਦਾ ਵੀ ਪੀ ਕੇ ਫਿਰ ਉਹ ਆ ਜਾ ਫਿਰ, ਰਾਈਟ, ਭਾਵੇਂ ਉਹਦੇ ਆਪ ਦੇ ਕੁੱਟ ਪੈ ਜੇ। ਕਈ ਬੰਦੇ ਸ਼ੇਰੋ ਸ਼ਾਇਰੀ ਕਰਦੇ ਆ ਕਿਉਂਕਿ ਊਂ ਉਹ ਕਹਿ ਨਹੀਂ ਸਕਦੇ ਵੀ ਮੈਂ ਵੀ ਕੁਛ ਹੈਗਾ ਪਰ ਪੀ ਕੇ। ਬਹੁਤ ਸਾਰੇ ਬੰਦਿਆਂ 'ਚ ਹੀਣ ਭਾਵਨਾ ਹੁੰਦੀ ਆ ਵੀ ਨਹੀਂ ਅਸੀਂ ਨਹੀਂ ਵਧੀਆ ਡਾਂਸ ਕਰਾਂਗੇ, ਲੇਕਿਨ ਪੀ ਕੇ ਉਹ ਲੱਗ ਜਾਂਦੇ ਹੱਥ ਪੈਰ ਮਾਰਨ, ਰਾਈਟ, ਐਂਡ ਦੇ ਫੀਲ ਗੁੱਡ ਅਬਾਊਟ ਇਟ। ਸੋ ਜਿਹੜੀ ਸ਼ਰਾਬ ਆ ਜਾਂ ਜਿਹੜੀ ਚੀਜ਼ ਆ, ਜਿਹੜੀਆਂ ਚੀਜ਼ਾਂ ਦੀਆਂ ਤੁਹਾਨੂੰ ਕਮਜ਼ੋਰੀਆਂ ਜਾਂ ਜਿਹੜੀ ਚੀਜ਼ ਤੁਸੀਂ ਉਭਾਰਨੀ ਚਾਹੁੰਦੇ ਹੋ ਉਹ ਤੁਹਾਨੂੰ ਉਭਾਰਨ ਦੇ ਵਿੱਚ ਤੁਹਾਨੂੰ ਸਹਿਯੋਗ ਦਿੰਦੀ ਆ। ਇਸ ਕਰਕੇ ਡਿਫਰੈਂਟ ਬੰਦਿਆਂ ਦੀਆਂ ਡਿਫਰੈਂਟ ਚੀਜ਼ਾਂ ਅਤੇ ਇਸ ਕਰਕੇ ਉਹ ਡਿਫਰੈਂਟ ਡਿਫਰੈਂਟ ਚੀਜ਼ਾਂ ਨਾਲ ਉਹ ਉੱਭਰ ਕੇ ਆਉਂਦੀ ਆ।